ਚਲਾ ਦਈਏ ਤਿਆਰ ਆ ਨੀ ਮੁੰਡੇ ਜਮੇ ਕਰੋ ਜੀ ਕਰੋ ਸ਼ੁਰੂ ਸ਼ਾਮਾ ਪੈਂਡ ਹੋਈ ਹੈ ਕਿਹਨੂੰ ਮਿਲਣਗੀਆਂ ਵਧਾਈਆਂ ਪੂਰਨੀਅਰ ਖੇਡਣ ਦੇ ਲਈ ਟੀਮਾਂ ਨੇ ਕੀਤੀਆਂ ਨੇ ਚੜ੍ਹਾਈਆਂ ਕਹਿਣ ਟੀਮਾਂ ਦੇ ਪਲੇਅਰ ਆਪਾਂ ਲਾਉਣੇ ਨਹੀਂ ਉਹ ਦੇਰ ਦੇਣੇ ਜਿੱਤ ਵਾਲੇ ਝੰਡੇ ਆਪਾਂ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰੇ ਛੱਡ ਮਿੱਤਰੋ ਸ਼ਾਮ ਪੈ ਗਈ ਆ ਤਰਕਾਰਾਂ ਢੜਦੀਆਂ ਜਾ ਰਹੀਆਂ ਨੇ ਆਖਰੀ ਮੈਚ ਆ ਦਿਨ ਦਾ ਮੇਰੇ ਵੀਰੇ ਸਮੈਲ ਸ਼ਾਹ ਵਾਲਾ ਬਾਬਾ ਕਹਿੰਦੇ ਦਸ ਸਰਕਾਰੀ ਪਿੰਡ ਵਾਲਾ ਅੱਜ ਖੇਡ ਰਹਾ ਤਿੰਨ ਐਸ ਟੀ ਆਰ ਦੀ ਟੀਮ ਲਈ ਪਿਛਲੇ ਮੈਚ ਚ ਧੰਨ ਧੰਨ ਕਰਵਾਈ ਹੈ ਗੱਭਰੂ ਨੇ ਪਈ ਬਾਲ ਫੇਰ ਗੁਰਵਿੰਦਰ ਗੋਪੀ ਸਾਹਮਣੇ ਕਰਨ ਲਈ ਤਿਆਰ ਬਰ ਤਿਆਰ ਹੈ ਨਹੀਂ ਸ਼ਾਹ ਜੀ ਪਿਛਲੇ ਦੋਨੇ ਮੈਚਾਂ ਦਾ ਮੁੰਡਾ ਹੀਰੋ ਹੈ ਇਹਨੇ ਪਿਛਲੇ ਦੋਨੇ ਮੈਚਾਂ ਦੇ ਧੰਨ ਧੰਨ ਕਰਵਾਈ ਹੈ ਵੇਖਣਾ ਹੁਣ ਕਹਿੰਦਾ ਆਹ ਮੈਚ ਦੇ ਵਿੱਚ ਵੀ ਬੰਦੇ ਬੰਦੇ ਕਰਦੇ ਆ ਪਲੇਅਰ ਆਫ ਦਾ ਡੇ ਦੀ ਦਾਅਵੇਦਾਰੀ ਰੱਖਦੀ ਮੁੰਡੇ ਨੇ ਸਾਹਮਣੇ ਪੈਂਦੀ ਹੋਈ ਬਾਲ ਇਧਰਲੇ ਪਾਸੇ ਗੋਪੀ ਕਿਤੇ ਕਰਦਾ ਟਰਾਈ ਨੋ ਬਾਲ ਪੈਰਾਂ ਦੇ ਕਾਬੂ ਰੱਖੋ ਪੈਰ ਕਾਬੂ ਚ ਰੱਖੋ ਕਾਬੂ ਚ ਰੱਖੋ ਪੈਰ ਕਾਬੂ ਚ ਰਹਿਣ ਦੀ ਗੱਲ ਚੰਗੀ ਹੈ ਜਦੋਂ ਪੈਰ ਮਰਿਆਦਾ ਚੋਂ ਬਾਹਰ ਹੁੰਦੇ ਆ ਨਾ ਤੇ ਫਿਰ ਬਹੁਤ ਤੰਗ ਕਰਦੇ ਆ ਸਾਹਮਣੇ ਸਮੈਲ ਸ਼ਾਹ ਕਹਿੰਦੇ ਮੇਰੇ ਵੀਰੇ ਸਮੇਂ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਉਧਰਲੇ ਪਾਸੇ ਵੇਖਾਂਗੇ ਪੈਂਦੀ ਬਾਲ ਗੁਰਵਿੰਦਰ ਕਰਦਾ ਹੋਇਆ ਕੋਸ਼ਿਸ਼ ਪਰ ਪਿੱਛੇ ਫਿਲਡਰ ਮੌਜੂਦ ਮੇਰੇ ਵੀਰੇ ਡਾਟ ਬਾਲ ਵਾਹ ਜੀ ਲਾ ਸਾਹਮਣੇ ਖੇਡਿਆ ਸ਼ਾਟ ਲਾਂਗ ਆਫ ਦੇ ਉੱਪਰ ਚਾਰ ਰਨ ਦੇ ਵਾਧੇ ਨੇ ਹੋ ਚੁੱਕੇ ਨੇ ਖੇਡ ਦੇ ਮੈਦਾਨ ਵਿੱਚ ਚਾਰ ਜੁੜ ਗਏ ਚਾਰ ਦੋਨੇ ਪਾਸੇ ਲਓ ਸ਼ਾਹ ਜੀ ਸਾਹਮਣੇ ਫੇਰ ਤਿਆਰ ਬਣ ਤਿਆਰ ਹੈ ਪਈ ਵਾਲੋ ਬੱਲੇ 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 ਵਾਹ ਜੀ ਦਾ ਸਾਹਮਣੇ ਸਾਹਮਣੇ ਵੇਖਾਂਗੇ ਰਾੜ ਛੇ ਦੇ ਵਾਧੇ ਰਾੜ ਛੇ ਦੇ ਵਾਧੇ ਤੱਕ ਤਾਂ ਪੈਦਾ ਵੀ ਨੀ ਹੋਇਆ ਸੀ ਤੜਕੇ ਦਾ ਕਿਸੇ ਮੈਚ ਦੇ ਵਿੱਚ ਜਿੰਨਾ ਹੁਣ ਹੋ ਗਿਆ ਲਓ ਸਾਹਮਣੇ ਵੇਖਾਂਗੇ ਛੱਕਾ ਵੱਜਿਆ ਪਿਛੇ ਛੱਕੇ ਦੇ ਨਾਲ ਬਣਾਉਣੀ ਤੇਰਾਂ ਬਣ ਗਏ ਤੇਰਾਂ ਤੇਰਾਂ ਬਣ ਚੁੱਕਿਆ ਪਹਿਲਾ ਵਾਰ ਖੇਡਾ ਜਾ ਰਿਹਾ ਗਿਆਰਾਂ ਜਿਹੜੇ ਮੁੰਡੇ ਨੇ ਆਪਣੇ ਖੇਡਣਾ ਬੜਾ ਪ੍ਰਭਾਵਿਤ ਕੀਤਾ ਕਹਿੰਦੇ ਸਾਰੇ ਦਰਸ਼ਕਾਂ ਨੂੰ ਅਜਮੇ ਸਾਹਮਣੇ ਪੈਂਦੀ ਮਨ ਫੇਰ ਵਾਹ ਜੀ ਹਾਂ ਬਾਲ ਕਮਾਲ ਦੀ ਉਮਰ ਦੀ ਮੁਹੱਬਤ ਇੱਕ ਓਵਰ ਤੇ ਤੇਰਾਂ 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 ਸਕੋਰ ਨੇ ਇੱਕ ਓਵਰ ਸਮਾਪਤ ਤੇ ਤੇਰਾਂ ਬਣ ਚੁੱਕੇ ਆ ਆਓ ਜੀ ਦੂਜੇ ਓਵਰ ਦੀ ਸ਼ੁਰੂਆਤ ਕਿਹੜਾ ਖਿਡਾਰੀ ਆਵੇਗਾ ਬਾਲ ਪਾਉਂਦ ਨੇ ਨੀਟਾ ਬਾਜੀ ਨੀਟਾ ਆਇਆ ਨੀਟਾ ਉਧਰਲੇ ਪਾਸੇ ਦੂਜੇ ਦੀ ਸ਼ੁਰੂਆਤ ਨੇ ਵੀ ਅਮੂਮਨ ਨੀਟਾ ਚੌਥਾ ਵਾਰ ਪਾਉਣਾ ਹੁੰਦਾ ਪਰ ਹੁਣ ਦੂਜੇ ਚ ਆਉਣਾ ਪੈ ਗਿਆ
ਕਿਉਂਕਿ ਪਹਿਲਾਂ ਬਹੁਤ ਮਹਿੰਗਾ ਹੈ ਇਧਰੇ ਪੈਸੇ ਸਮੈਲ ਦਾ ਤੇ ਹੁਣ ਦੂਜੇ ਵਰਗੀ ਆਉਣਾ ਪੈ ਗਿਆ। ਲਓ ਸਾਹਮਣੇ ਕਈ ਵਾਰ ਫੇਰ ਪਰ ਗੋਪੀ 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 ਕਰੀ ਹੁੰਦਾ ਕਮਾਲ ਮੇਰੇ ਵੀਰੇ ਰਣ ਜਿਹੜੇ ਚਾਰ ਦੇ ਵਾਧੇ ਕਿਤੇ ਹੋ ਚੁੱਕੇ ਆ, ਚਾਰ ਜੁੜ ਗਏ, ਚਾਰ ਦਿਲੇ ਪਾਸੇ ਸਤਾਰਾਂ ਬਣ ਗਏ ਆ। ਹੌਲੀ ਹੌਲੀ ਬੰਦੇ ਟਾਰਗੇਟ ਵੱਲ ਵਧਦੀ ਜਾ ਰਹੀ ਹੈ। ਟੀਮ ਗਿਆਰਾਂ ਮਿੰਟ ਦੀ ਮੇਰੇ ਵੀਰੇ ਸਾਹਮਣੇ ਬਾਲ ਪਾਉਣ ਮੇਰੀ ਫੇਰ ਡੀਡਾ ਅੱਗੇ ਵਾਰ ਵਾਧਾ ਹੋਇਆ ਹੈ। ਸਾਹਮਣੇ ਗੋਪੀ ਪਿਆਰੇ ਪਿੱਛੇ ਫੀਲਡਰ ਸਿੰਘ ਸਰਦਾਰ ਨੇ ਜਦ ਤੱਕ ਬਾਲ ਫੀਲਡ ਕਰਦੇ ਇੱਕ ਰਨ ਦੇ ਵਾਧੇ ਕਦੇ ਫੇਰ ਹੋ ਚੁੱਕੇ ਹੈ। ਸੂਰਜ ਢਲਦਾ ਜਾ ਰਿਹਾ ਹੈ, ਸ਼ਾਮ ਪੈਂਦੀ ਜਾ ਰਹੀ ਹੈ, ਤਰਕਾਲਾਂ ਢਲਦੀਆਂ ਜਾ ਰਹੀਆਂ ਨੇ ਵੀ ਸੂਰਜ ਗਿਆ ਪਰ ਸ਼ਾਮੀ ਲੈ ਗਿਆ। ਅਸੀਂ ਬਿਨਾਂ ਅਗਲੇ ਦੁੱਖ ਝੱਲੇ ਨੇ, ਫੂਕਾਂ ਮਾਰ ਕੇ ਦਰਦ ਨਹੀਂ ਜਾਣਾ, ਜਖਮ ਹੀ ਬਾਹਰੇ ਥੱਲੇ ਨੇ, ਪਾਰਸਾ ਸਾਂਝ ਸਾਹਾਂ ਦੀ ਵਾਲੇ ਵੀ ਸਾਨੂੰ ਬਿਨਾਂ ਵੇਲੇ ਹੀ ਛੱਡ ਚੱਲੇ ਨੇ। ਦੁਨੀਆਂ ਤੋਂ ਸਾਨੂੰ ਕੱਲੇ ਕਰਤਾ ਤੂੰ ਚੰਦਰਿਆ, ਕੱਲੇ ਨੇ ਉਹ ਦੁਨੀਆਂ ਤੋਂ ਸਾਨੂੰ ਕੱਲੇ ਕਰਤਾ ਚੰਦਰਿਆ ਤੂੰ ਕੱਲੇ ਨੇ ਕਹਿੰਦੇ ਮੂੰਹ ਵਾਲਾ ਪਾਰਸ ਲਿਖਦਾ ਹੁੰਦਾ। ਤਾਂ ਉਹ ਸਾਹਮਣੇ ਦੇਖਾਂਗੇ ਬਾਲ ਪਾਉਂਦੇ ਫੇਰ ਇਧਰ ਡੀਡਾ ਕਹਿੰਦੇ ਤਿਆਰ ਵਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ। ਸਾਹਮਣੇ ਦੇਖਾਂਗੇ ਆਪਾਂ ਆਹ ਮੁੰਡਾ ਗੁਰਵਿੰਦਰ ਤੇ ਨਾਲ ਕਹਿੰਦੇ ਗੋਪੀ ਬੰਦੇ ਬਣੇ ਕਰਵਾ ਰਹੇ ਹੈ। ਕਈ ਵਾਰ ਫੇਰ ਇਧਰ ਦੇ ਪਾਸੇ ਲੱਗਿਆ ਇਹੋ ਜਿਹੀ ਜਾਨ ਸੌਂਦੇ ਹੁੰਦੇ ਹੈ, ਇਹੋ ਜਿਹੀ ਸਾਨ ਸੌਂਦੇ ਹੁੰਦੇ ਹੈ, ਇਹੋ ਜਿਹੀ ਜਾਨ ਸੌਂਦੇ ਜੱਗਿਆ ਮੂਹਰੇ ਆ ਕੇ ਕੈਚ ਤੇਰੇ ਡਿੱਗਿਆ ਉਹ ਜੱਗਿਆ ਮੂਹਰੇ ਅੱਗੇ ਕੈਚ ਤੇਰੇ ਡਿੱਗਿਆ। ਇੱਕ ਰਨ ਦੇ ਵੱਧ ਨੇ ਫੇਰ ਹੋ ਚੁੱਕੇ ਹੈ। ਬਾਲ ਪਾਉਣ ਦੀ ਡੀਡਾ ਤਿਆਰ ਬਣ ਤੇਰਾ ਹੁਣ ਥੋੜਾ ਐਕਸ਼ਨ ਚ ਦੇਖਦੀ ਨਜ਼ਰ ਆ ਰਹੀ ਹੈ ਟੀਮ ਜਿਹੜੀ ਵੇਖਾਂਗੇ ਬੱਤੇ ਐਸਟੀ ਆਰ ਪਿੰਡ ਦੀ। ਇੱਧਰ ਦੇ ਪਾਸੇ ਫੇਰ ਪੈਂਦੀ ਹੋਈ ਬਾਲ ਹੋਏ ਗੋਪੀ ਗੋਪੀ ਓਵਰ ਸਮਾਪਤ ਦੋ ਓਵਰਾਂ ਤੋਂ ਬਾਅਦ ਕਿੰਨੇ ਉੱਨੀ ਰਨ ਲਿਆ। ਦੋ ਓਵਰ ਤੇ ਉੱਨੀ ਬਣ ਗਈ। ਵਾਹ ਜੀ ਵਾਹ ਸ਼ਾਹ ਜੀ ਰਿਕਵਰ ਕਰਨਾ ਚਾਹੁਣ ਗਿਆ ਓਵਰ ਦੇ ਨਾਲ ਆਪਣਾ ਪਿਛਲਾ ਓਵਰ ਰਿਕਵਰੀ ਕਰਨਾ ਚਾਹੁੰਦੇ ਪਹਿਲੀ ਬਾਲ ਆਊਟ ਪਹਿਲੀ ਬਾਲ ਆਊਟ ਜੀ ਗੁਰਵਿੰਦਰ ਸਾਹਮਣੇ ਤਿਆਰ ਬਣ ਤਿਆਰ ਹੈ ਤੇ ਕੋਸ਼ਿਸ਼ ਹੈ ਗਿਆਰਾਂ ਓਵਰ ਕਨਾਪਾ ਚਾੜਿਆ ਜਾਵੇ ਪ੍ਰੈਸ਼ਰ ਲਈ ਨਾ ਹੋ ਦਿੱਤਾ ਜਾਵੇ। ਕਈ ਵਾਰ ਫੇਰ ਬੱਲੇ ਸਰਦਾਰ ਜੀ ਅੱਗੇ ਕਿੱਧਰੀ ਕਮਾਦੋ ਨਿਕਲੀ ਤੇ ਉਲਟ ਜਿਹਨੂੰ ਬਾਜ ਪੈ ਗਿਆ ਬਹੁਤ ਸੋਹਣੇ ਕੈਦ ਦੇ ਨਾਲ ਵਿਕਟ ਦਾ ਪਤਨ ਆ ਵੀ ਆ ਅਗਲਾ ਬੱਲੇ ਵਾ ਪਿੰਦਰ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ। ਵਿਕਟ ਆਊਟ ਹੋਈ ਜਾਂਦੇ ਪਿੰਦਰ ਆ ਗਿਆ ਖੇਡ ਦੇ ਮੈਦਾਨ ਅੰਦਰ ਸਾਹਮਣੇ ਕਰਦੇ ਨੇ ਮੁੰਡਾ ਤਿਆਰ ਬਣ ਤਿਆਰ ਹੈ। ਕਈ ਵਾਰ ਫੇਰ ਇੱਕ ਹੋਰ ਵਿਕਟ ਹੋ ਸਕਦੀ ਹੈ ਪਰ ਮਿਸ ਜੱਜਮੈਂਟ ਹੋਈ ਮੇਰੇ ਵੀਰੇ ਇੱਕ ਤੋਂ ਦੋ ਰਨ ਦੇ ਵਾਧੇ ਜਿਹੜੇ ਕਿਤੇ ਹੋ ਚੁੱਕੇ ਨੇ।
ਦੋ ਜੁੜ ਗਏ ਦੋ ਗਲੇ ਪਾਸੇ ਬਾਲ ਪਾਉਣ ਦੇ ਖਿਡਾਰੀ ਫੇਰ ਕਹਿੰਦੇ ਤਿਆਰ ਬਰ ਤਿਆਰ ਹੈ ਹੁਣ ਤੱਕ ਸਮੈਲ ਸ਼ਾਹ 15 ਰਨ ਦੇ ਚੁੱਕਿਆ ਦੋ ਓਵਰਾਂ ਦੇ ਵਿੱਚ ਦੂਜਾ ਓਵਰ ਚੱਲ ਰਿਹਾ ਡੇਢ ਓਵਰ ਹੋਇਆ ਹੁਣ ਤੱਕ ਤੇ ਸਾਹਮਣੇ ਵੇਖਾਂਗੇ ਆਪਾਂ ਇੱਕ ਵੇਲ ਦੀ ਹੱਸ ਹੋਈ ਹੈ ਪਿੰਦਰ ਸਾਹਮਣੇ ਕਰ ਲਈ ਤਿਆਰ ਬਰ ਤਿਆਰ ਆ ਮੁੰਡਾ ਚੜ੍ਹਦੀ ਰੇਸ ਦਾ ਮੇਰੇ ਵੀਰੇ ਸਾਹਮਣੇ ਕਰਦਾ ਹੋਇਆ ਤੇ ਸਮੈਲ ਸ਼ਾਹ ਅੱਗੇ ਵੱਲ ਵੱਧਦਾ ਹੈ ਹਵਾ ਦੇ ਵਿੱਚ ਬਾਲ ਤੇ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਹਵਾ ਹਵਾਈ ਰਾਡ ਛੇ ਛੇ ਰਨ ਦੀ ਵਾਧੀ ਇਸਮੈਲ ਬਾਰ ਬਾਉਣੀ ਫੇਰ ਤਿਆਰ ਬਣ ਤਿਆਰ ਹੈ ਉਹ ਬੱਲੇ 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 ਅੰਦਰ ਲੈ ਕੇ ਨਾਰਾ ਲੱਗਿਆ ਬਾਲ ਦਾ ਡਾਟ ਬਾਲ ਇੱਥੋਂ ਤਗੜਾ ਹੋ ਕੇ ਬਾਲਾ ਪੌੜੀਆਂ ਪੈਣੀਆਂ ਵਧੀਆ ਰਨ ਬਣਦੇ ਜਾਂਦੇ ਵਧੀਆ ਮੈਚ ਦੇਖਣ ਨੂੰ ਮਿਲਣਾ ਦਰਸ਼ਕ ਵੀਰਾਂ ਨੂੰ ਸਾਹਮਣੇ ਵੇਖਾਂਗੇ ਫੇਰ ਇਧਰਲੇ ਪਾਸੇ ਪੈਂਦੀ ਬਾਲ ਪਹਿਲੀ ਸਲਿੱਪ ਦੇ ਬੜਾ ਸੋਹਣਾ ਕੈਚ ਆਊਟ ਗਏ ਪਿੰਦਰ ਵੀ ਮੁੜ ਗਿਆ ਉਹ ਜੀ ਅਗਲਾ ਬੱਲੇਬਾਜ਼ ਜਲਦੀ ਦੇ ਨਾਲ ਰਾਵਲਾ ਮੰਡੀ ਆਈ ਨੀ ਤਿੰਨ ਓਵਰ ਦੇ ਹਾਂਜੀ 27 ਰਨ ਤਿੰਨ ਓਵਰ ਦੇ 27 ਬਣ ਗਏ ਬੋਧਰਾ ਆ ਗਿਆ ਬੈਟਿੰਗ ਦੇ ਲਈ ਤਿੰਨ ਓਵਰ ਦੇ 27 ਰਨ ਨਹੀਂ ਖਾਲਿਕ ਆ ਗਿਆ ਉਧਰਲੇ ਪਾਸੇ ਪਹਿਲੀ ਬਾਲ ਜਿਹੜਾ ਆਉਂਦਾ ਉਧਰਲੇ ਪਾਸੇ ਗੋਪੀ ਪੇੜੇ ਦੇ ਤੁਰੇ ਆਉਂਦਾ ਜਿਹੜਾ ਆਉਂਦਾ ਬਾਲ ਸੜਕ ਦੇ ਗੋਪੀ ਕਰ ਉਧਰਲੇ ਪਾਸੇ ਵੇਖਾਂਗੇ ਰਣ ਜਿਹੜੇ ਚਾਰ ਦੇ ਵਾਧੇ ਦੇ ਹੋ ਚੁੱਕੇ ਆ ਖੇਡ ਦੇ ਮੈਦਾਨ ਦੇ ਵਿੱਚ ਖਾਲਿਕ ਦੇ ਬਾਲ ਪਾਉਂਦੇ ਫਿਰ ਇਸਨੇ ਤਿਆਰ ਬਰ ਤਿਆਰ ਆ ਮੇਰੇ ਵੀਰੇ ਪੈਂਦੀਆਂ ਨੇ ਬਾਲਾ ਯਾਰ ਚੜ ਚੜ ਕੇ ਵੇਖਦਾ ਜਮਾਨਾ ਸਾਰਾ ਖੜ ਖੜ ਕੇ ਪਈ ਬਾਲ ਬੱਲੇ 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 ਗੋਪੀ 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 ਕਰੀ ਹੁੰਦਾ ਕਮਾਲ ਬੁੱਧੂ ਬੈਟੋ ਲੈ ਲਾ ਬੈਟ ਲੈ ਲਾ ਬੈਟ ਚੰਗਾ ਹੋ ਚਲੋ ਲਓ ਖਾ ਲੈ ਬਾਲ ਬਾਉਂਦਰੀ ਫੇਰ ਤਿਆਰ ਬਣਦੇ ਰਹਾ ਬੋਧਰਾ ਦਾ ਮੁੰਡਾ ਜਿਹੜਾ ਹੁਣ ਸਾਹਮਣੇ ਹੈ ਇਹ ਬੋਧਰਾ ਮਾਰਾ ਯਾਰ ਪੈਂਦੀ ਹੋਈ ਬਾਲ ਸਾਹਮਣੇ ਫੇਰ ਇਹ
ਜਿਹੜਾ ਆਉਂਦਾ ਓਪੋ ਦੇ ਫੋਨ ਵਾਂਗੂ ਧੱਬੇ ਹੀ ਆਉਂਦਾ ਹੈ। ਲਓ ਸਾਹਮਣੇ ਵੇਖਿਆ ਕਿ ਤੇਰੇ ਪਾਸੇ ਰਣ ਜਿਹੜੇ ਚਾਰ ਦੇ ਵਾਧੇ ਕਦੇ ਕਰ ਦਿੱਤੇ ਖਿਡਾਰੀ ਨੇ ਖਾਲੇ ਕਦੇ ਬਾਲ ਪਾਉਂਦੇ ਫੇਰ ਇਸ ਨੇ ਤਿਆਰ ਵਰ ਤਿਆਰ ਹੈ। ਉਧਰੇ ਪਾਸੇ ਬੋਧਰਾਮ ਹੈ ਬਾਲ ਹੋਰ ਹੈ ਨੀ ਮੈਚ ਨਾ ਰੋਕਿਆ ਕਰੋ ਜੀ। ਲਓ ਉਧਰੇ ਪਾਸੇ ਖਾਲੇ ਬਾਲ ਪਾਉਣ ਦੇ ਕੇਵਲ ਵਾਧਾ ਹੋਇਆ ਪੈਂਦੀ ਨਾਲ ਬੱਲੇ 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 ਸਾਰਾ ਕੁਝ ਟੱਪ ਕਿਤੇ ਹੁਣ ਡਿੱਗੇ ਆ ਥੱਲੇ ਛੇ ਰਨ ਦੇ ਵਾਧੇ ਕਿਹੜੇ ਕਿਤੇ ਹੋ ਚੁੱਕੇ ਆ ਖੇਡ ਦੇ ਮੈਦਾਨ ਦੇ ਵਿੱਚ ਖਾਲੇ ਕਹਿ ਕਮਾਲ ਕਰ ਦਿੱਤੀ ਹੈ ਮੁੰਡੇ ਉਧਰੇ ਪਾਸੇ ਦੇਖਾਂਗੇ ਆਪਾਂ ਉੱਤੋਂ ਰੱਖੀ ਜਮਾ ਫੜ ਕੇ ਖੁੱਲੇ ਹੱਥ ਨਹੀਂ ਆਉਣ ਦੇ ਰਾਈਟ ਹੈਂਡ ਕਸ ਕੇ ਰੱਖ ਬਸ ਥੋੜਾ ਜਿਹਾ ਲਓ ਸਾਹਮਣੇ ਫੇਰ ਵੇਖਾਂਗੇ ਬਾਲ ਯਾਰ ਤਿਆਰ ਵਰ ਤਿਆਰ ਆ ਬਾਲ ਪਾਉਣ ਦੇ ਲਈ ਤੇ ਬੋਧਰਾਮ ਬੱਲੇ ਬੱਲੇ ਕਰਵਾ ਰਿਹਾ ਸਾਹਮਣੇ ਫੇਰ ਇਧਰਲੇ ਪਾਸੇ ਪੈਂਦੀ ਵਾਲ ਖਲ ਜੀ ਉਹ ਬੱਲੇ ਅਟੈਂਪਟ ਬੜੇ ਕਮਾਲ ਦਾ ਹੈ ਪਰ ਡਾਊਟ ਬਾਲਰ ਓਵਰ ਸਮਾਪਤ ਚਾਰ ਓਵਰਾਂ ਤੋਂ ਬਾਅਦ ਹਾਂਜੀ 48 ਰਨ 12 ਦੀ ਚੱਲਦੀ ਹੈ 48 ਬਣ ਗਏ ਚਾਰ ਓਵਰ 48 ਦੋ ਚੌਕੇ ਆ ਗਏ ਇੱਕ ਉੱਥੇ ਚੌਕਾ ਦੋ ਛੱਕੇ ਇੱਕ ਦੋ ਛੱਕੇ ਆ ਗਏ ਦੋ ਚੌਕੇ ਆ ਗਏ ਦੋ ਛੱਕੇ ਆ ਗਏ ਵੇਖ ਕੇ ਵੇਖ ਕੇ ਅਵਰ ਪਏ ਅਜੇ ਕੋਈ ਨੀ ਬਹੁਤ ਸੋਹਣਾ ਸ਼ੋਟ ਯਾਰ ਦੇਖ ਕੇ ਅਵਰ ਖੇਲਣੇ ਪੂਰੇ ਬੋਲਾਂ ਉਰੇ ਫੜਾ ਦੇ ਯਾਰ ਦੱਸ ਨਾ ਬੱਚਾ ਨਾ 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 ਸ਼ਾਬਾਸ਼ ਯਾਰ ਛੋੜ ਯਾਰ ਬਾਈ ਬਹੁਤ ਤਗੜੀ ਬੈਟਿੰਗ ਕਰੀ ਜਾਂਦਾ ਬਾਈ ਗੋਪੀ ਯਾਰ ਸਿਰਾ ਕਰਾਈ ਆਉਂਦਾ ਸਾਰੇ ਸ਼ੋਟ ਹੀ ਪਰਫੈਕਟ ਮਾਰੇ ਸਾਰੇ
ਬਹੁਤ ਤਕੜਾ ਖੇਲਿਆ ਅੱਜ ਤਾਂ। ਬੋਲਾਂ ਚੈੱਕ ਕਰ ਲਈ ਬਣਤਾ ਬੋਲਾਂ, ਜਿਹੜੀਆਂ ਕਮੇਟੀ ਜਾਣਗੀਆਂ ਉਹ ਚੈੱਕ ਕਰ ਲਈ, ਜਿਹੜੀ ਬਾਹਰੋਂ ਆਉਂਦੀ ਉਹ ਨਾ ਕਰੀ। ਮੈਂ ਸ਼ਾਬਾਸ਼ ਹਾਂਜੀ ਕੰਨੂ ਸਹਿਲਪਾਲ ਜੀ। ਕਿਆ ਚੀਜ਼ ਆ ਕੀ ਹੋ? ਉਹਦੀ ਬੈਟਿੰਗ ਦੇ ਪ੍ਰਭਾਵ ਤੋਂ ਕੇ ਮੈਂ ਨੇੜੇ ਦੇਖਣ ਆਇਆ ਬਾਈ ਨੂੰ, ਬਹੁਤ ਤਕੜੇ ਸਿੱਕੇ ਮਾਰੇ ਸਰ ਬਾਬਾ। ਮੈਂ ਬਹੁਤ ਬਹੁਤ ਮਾੜਾ ਹੈਲੋ। ਅੱਛਾ ਤੇਰੀ ਉੱਤੇ ਚੱਕ ਲੈ ਮਾੜੀ ਜੀ, ਉੱਚੀ ਚੱਕ ਦੇ। ਬਸ 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 ਕਿੱਥੇ ਆ ਦੀ ਚਾਹ ਤਾਂ ਇਹ ਨਹੀਂ ਜਾਊਗੀ ਇਹਦੇ ਬਾਇਆ। ਛਤਰੀ ਪਰਾਂ ਨੂੰ ਕੱਟ ਦੇ ਥੋੜ੍ਹੀ ਜਿਹੀ, ਨਹੀਂ ਕੱਢੀਂਦੀ ਧੁੱਪੇ ਮੂੰਹ ਤਾਂ ਨਹੀਂ ਆਉਂਦੀ ਧੁੱਪ। ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ। ਅੱਗੇ ਲਈ ਪ੍ਰਯਾਗ ਜਨਾਗਲ ਜੀ, ਛੁਪਾ ਰੁਸਤਮ ਗੋਪੀ ਸਾਡਾ, ਗੋਪੀ ਬਾਈ ਬਹੁਤ ਤਕੜੀ ਬੈਟਿੰਗ ਕਰ ਰਿਹਾ ਯਾਰ, ਕਮਾਲ ਕਰ ਦਿੱਤੀ ਮੁੰਡੇ ਨੇ ਯਾਰ, ਜ਼ਬਰਦਸਤ ਬੱਲੇਬਾਜ਼ ਜੀ। ਉੱਧਰ ਲੈਟ ਚੜ ਗਈ ਅਤੇ ਮੈਂ ਬਾਈ ਦੀ ਬੈਟਿੰਗ ਦੇਖਣ ਵਾਸਤੇ ਸਪੈਸ਼ਲ ਨੇੜੇ ਆ ਕੇ ਬੈਠਾ। ਬਹੁਤ ਸਾਰੇ ਪਾਸੇ ਸ਼ਾਟ ਬਹੁਤ ਸੋਹਣੇ ਯਾਰ, ਇੱਧਰ ਪੁਆਇੰਟ ਦੇ, ਮਿਡ ਵਿਕਟ ਦੇ, ਨਾਮ ਦੇ, ਬਹੁਤ ਸੋਹਣਾ ਖੇਡੀ ਜਾਂਦਾ ਯਾਰ ਚਾਰੇ ਪਾਸੇ। ਸਾਹਮਣੇ ਵੀ ਬਹੁਤ ਸੋਹਣੇ ਸ਼ਾਟ ਮਾਰੇ ਬਾਈ ਨੇ, ਖਾਲਿਕ ਬਾਲਾਂ ਪਾ ਰਿਹਾ ਜੀ। 78 ਰਨ ਹੋ ਚੁੱਕੇ ਆ, 5 ਪੁਆਇੰਟ 1 ਓਵਰ ਦੀ ਖੇਡ ਸਮਾਪਤ ਆ। ਅਤੇ ਗੋਪੀ 14 ਬਾਲਾਂ 45 ਰਨ, ਬਹੁਤ ਵਧੀਆ ਤਾਬੜਤੋੜ ਬੱਲੇਬਾਜ਼ੀ, ਬਹੁਤ ਸੋਹਣਾ ਸ਼ਾਟ ਯਾਰ, ਕਮਾਲ ਦਾ ਐਕਸਟਰਾ ਕਵਰ 4 ਰਨ, ਕਿਆ ਬਾਤ ਆ ਯਾਰ, ਬੜੇ ਕਮਾਲ ਦੀ ਯਾਰ ਬੈਟਿੰਗ ਯਾਰ ਬੰਦੇ ਦੀ। ਪੀਰ ਸਲੀਮ ਸ਼ਾਹ ਬੁਖਾਰੀ, ਸ਼ਾਹ ਜੀ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਪੂਲ ਕਲੀਅਰ ਟੀਮ 11 ਏ ਟੀਮ 'ਤੇ ਸਨਮਾਨ ਹੋਣਗੇ, ਕਿਆ ਬਾਤ ਆ, 11 ਏ ਟੀਮ 'ਤੇ ਹੈ। ਨਹੀਂ ਨਹੀਂ ਬਹੁਤ ਸੋਹਣਾ ਖੇਡੀ ਜਾਂਦੇ ਬਾਈ, ਮੈਚ ਬਹੁਤ ਵਧੀਆ ਲੱਗੇਗਾ ਕਿਉਂਕਿ ਟੀਮ ਦੂਜੀ ਵੀ ਚੰਗੀ ਆ। ਅਤੇ ਆਹ ਗੋਪੀ ਸਿਰਾ ਯਾਰ, ਕਿਆ ਬਾਤ ਆ ਯਾਰ ਬਾਈ, ਨਹੀਂ ਨਹੀਂ ਨਜ਼ਰ ਤਾਂ ਬਾਈ ਕਾਹਦੀ ਯਾਰ, ਤਾਂ ਮਿਹਨਤ ਆ ਨਾ, ਮਿਹਨਤਾਂ ਨੂੰ ਨਜ਼ਰਾਂ ਨਹੀਂ ਲੱਗਦੀਆਂ ਬਾਈ ਯਾਰ। 50 ਹੋ ਗਈ ਗੋਪੀ ਦੀ ਯਾਰ, ਕਰੀ ਤਾੜੀ ਮਾਰ ਦਿਓ ਸਾਰੇ ਦਰਸ਼ਕ ਵੀਰ। ਗੁਰਜੀਤ ਸਿੰਘ ਜੀ ਦਾ ਧੰਨਵਾਦ ਹੈ, ਸਲੀਮ ਸ਼ਾਹ ਜੀ ਦਾ ਧੰਨਵਾਦ ਹੈ, ਪ੍ਰਯਾਗ ਜਨਾਗਲ ਜੀ ਦਾ ਧੰਨਵਾਦ ਜਿਹੜੇ ਜੁੜੇ ਹੋਏ ਲਾਈਵ ਦੇ ਨਾਲ। 50 ਬੰਦੇ ਮੈਚ ਵੇਖੀ ਜਾਂਦੇ ਆ ਇਕੱਲੀ ਫੇਸਬੁੱਕ 'ਤੇ, ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ। ਇੱਕ ਸਿੰਗਲ ਦੇ ਨਾਲ ਫੇਰ ਗੋਪੀ 17 ਬਾਲਾ 54 'ਤੇ ਪਹੁੰਚ ਚੁੱਕੇ ਆ ਜੀ, ਬੜੇ ਕਮਾਲ ਦੀ ਬੱਲੇਬਾਜ਼ੀ ਯਾਰ, ਸਵਾਦ ਕਰ ਦਿੱਤਾ। 86 ਰਨ ਹੋ ਗਏ 2 ਵਿਕਟਾਂ ਦੇ ਨੁਕਸਾਨ 'ਤੇ। ਗੋਪੀ ਅੱਜ ਸਾਰੇ ਦਿਨ ਤੋਂ ਬਹੁਤ ਤਕੜਾ ਖੇਡੀ ਜਾਂਦਾ, ਪਲੇਅਰ ਆਫ ਦਾ ਡੇ ਦਾ ਸਭ ਤੋਂ ਵੱਡਾ ਦਾਅਵੇਦਾਰ ਗੋਪੀ ਹੈ ਵੀਰੇ, ਸਾਰੇ ਮੈਚ 'ਚ ਬਹੁਤ ਵਧੀਆ ਰਨ ਬਣਾਏ ਮੁੰਡੇ ਨੇ। ਉਹ ਬੱਲੇ ਹੋਏ, ਕਿਆ ਬਾਤ ਆ, ਉਹਦਾ ਬਾਈ ਵੇਖਣ ਨੂੰ ਤਾਂ ਜ਼ਰਾ ਚੁੱਪ ਚਪੀਤਾ ਜਿਹਾ ਲੱਗਦਾ ਤੇ, ਪਰ ਬੈਟਿੰਗ ਤਕੜੀ ਆ ਯਾਰ, ਕਿਆ ਬਾਤ ਆ। ਬੋਧਰਾ ਮੈਂ ਵੇਖੋ ਯਾਰ ਬੰਦਾ ਕਿੰਨਾ ਸ਼ਰੀਫ ਜਿਹਾ ਲੱਗਦਾ, ਪਰ ਛੱਕਾ ਬੜਾ ਗਰਮੀ ਨਾਲ ਮਾਰਿਆ। ਮਨਿੰਦਰ ਬਰਾੜ ਲੰਬੇ ਹੱਥ ਨਾਲ ਰੱਖੀ, ਗੁਰਵਿੰਦਰ ਸਿੰਘ ਕਿਆ ਬਾਤ, ਧੰਨਵਾਦ ਬਾਈ ਐਸ ਕੇ ਕੁਮਾਰ, ਬਹੁਤ ਬਹੁਤ ਮਿਹਰਬਾਨੀ ਜਿਹੜੇ ਬਾਈ ਹੌਸਲਾ ਦੇ ਰਹੇ ਗੋਪੀ ਨੂੰ। ਗੋਪੀ ਬਹੁਤ ਸੋਹਣੀ ਬੈਟਿੰਗ, ਆਹ ਮੁੰਡਾ ਬਹੁਤ ਸੋਹਣੀ ਬੈਟਿੰਗ ਕਰ ਰਿਹਾ ਯਾਰ।
ਲਓ ਸਾਹਮਣੇ ਖਾਲਿਕ ਫੇਰ ਇੱਕ ਵਾਰ ਪੈਂਦੀ ਬਾਲ, ਵਾਹ ਜੀ ਵਾਹ, ਬਿਲਕੁਲ ਬਲਾਕ ਹਾਲ ਦੇ ਵਿਚ ਹੈ ਤੇ ਓਵਰ ਸਮਾਪਤ ਹੈ ਜੀ 6 ਓਵਰ ਤੇ 94 ਸਕੋਰ ਜਿਹੜੇ ਬਣ ਚੁੱਕੇ ਨੇ। ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ, ਬਹੁਤ ਵਧੀਆ ਮਾਹੌਲ ਹੈ। 94 ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ। ਜਿਹੜੇ ਭਰਾ ਜੁੜੇ ਹੋਏ ਆ ਸਾਡੇ ਲਾਈਵ ਨਾਲ ਤੇ ਗਰਾਊਂਡ ਦੇ ਵਿੱਚ ਬੈਠੇ ਆ ਤਾਂ ਚੱਕ ਮੜਾ ਆ ਇਹਨੂੰ ਫੜ ਕੇ ਖੜ ਪੁੱਤ, ਹਿੱਲਣੀ ਨੀ ਚਾਹੀਦੀ ਛਤਰੀ, ਠੀਕ ਆ, ਫੜ ਕੇ ਖੜ ਲਓ, ਨਹੀਂ ਹਿਲਦੀ, ਛੱਡਦੇ ਛੱਡਦੇ ਕੀ ਕਹਿਣਾ ਗੋਪੀ ਨੂੰ, ਗੋਪੀ ਨੂੰ ਰਹਿਣ ਦੋ ਬਾਈ, ਬਾਅਦ ਚ ਕਹਿ ਦਿਓ ਹੁਣ ਯਾਰ, ਚੰਗਾ ਜਦੋਂ ਬਾਹਰ ਆ ਗਿਆ ਥੋੜੇ ਰੂਬਰੂ ਕਰਾਵਾਂਗੇ ਤੇ ਉਹਦੀ ਤੁਸੀਂ ਕਹਿ ਦਿਓ, ਡਿਸਟਰਬ ਨਹੀਂ ਕਰਦੇ ਮੁੰਡੇ ਨੂੰ, ਆਪਾਂ ਫੋਕਸ ਉਹਦਾ ਬਾਲ ਤੇ ਆ, ਸਾਹਮਣੇ ਗੇਮ ਤੇ ਫੋਕਸ ਕਰਨ ਦੋ ਆਪਣੀ ਤੇ। ਲੈ ਵੀ ਜੱਗਾ ਆ ਗਿਆ ਬਾਲ ਪਾਉਣ ਲਈ, ਪਿਛਲੇ ਮੈਚ ਇਹ ਮੁੰਡੇ ਨੇ ਦੂਜਾ ਵਾਰ ਪਾਇਆ ਸੀ ਤੇ ਬਹੁਤ ਤਕੜੀ ਬੋਲਿੰਗ ਕੀਤੀ ਸੀਗੀ, ਇਸ ਮੈਚ ਇਹ ਮੁੰਡਾ 7 ਓਵਰ ਪਾਉਣ ਲਈ ਆਇਆ ਤੇ ਸਾਹਮਣੇ ਵੇਖਾਂਗੇ ਬਾਲ ਪਾਉਣ ਲਈ ਜੱਗਾ, ਕਹਿੰਦੇ ਫੇਰ ਤਿਆਰ ਬਰ ਤਿਆਰ ਉਧਰਲੇ ਪਾਸੇ ਉਹ ਸੱਟ ਲੈਣ ਦੇ ਬਾਲ ਨੂੰ, ਆਏ ਹਾਏ ਸ਼ਾਬਾਸ਼ ਯਾਰ, ਵਾਹ ਯਾਰ ਭਾਈ ਟਪਾ ਦੀ। ਗੋਪੀ ਦੀ ਬੈਟਿੰਗ ਦੱਸੋ ਭਾਈ ਕਿਵੇਂ ਲੱਗੀ ਯਾਰ, 60 ਰਨ ਹੋ ਗਏ ਇਕੱਲੇ ਦੇ, ਬੋਲ 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 ਚੱਕ ਯਾਰ, ਜੇ ਗੋਪੀ ਦੀ ਬੈਟਿੰਗ ਦਾ ਸਵਾਲ ਹੈ ਕਰੀ ਤਾੜੀ ਮਾਰ ਦੋ ਜ਼ੋਰ ਜਾ ਰਹੇ ਆ, ਉੱਥੇ ਉੱਥੇ ਛੱਕੇ ਮਾਰਦੇ ਮੁੰਡੇ ਨੇ ਜਿੱਥੇ ਸਾਰੇ ਦਿੰਦੇ ਕਿਸੇ ਨੇ ਛੱਕੇ ਨਹੀਂ ਸੀ ਮਾਰੇ। ਕੈਫਰਡ ਆਏ ਜਾ ਸਾਡੇ ਵੀਰ ਸਾਡੇ ਜਸਪ੍ਰੀਤ ਬਾਈ ਕਹਿੰਦੇ ਵੀ ਗੋਪੀ ਨੇ 4 ਛੱਕੇ ਮਾਰੇ ਸੀ, ਲਗਾਤਾਰ ਲਾਈਟ ਨਹੀਂ ਸੀ ਜੀ, ਉਹ 4 ਛੱਕਿਆਂ ਤੋਂ ਖੁਸ਼ ਹੋ ਗਏ, 500 ਗੋਪੀ ਦੀ ਬੈਟਿੰਗ ਨੇ ਕਰੀ ਜ਼ੋਰ ਨਾਲ ਤਾੜੀਆਂ ਮਾਰ ਦੋ, ਬਹੁਤ ਸੋਹਣੀ ਬੱਲੇਬਾਜ਼ੀ ਸਿਰਾ ਕਰੀ ਆਉਂਦਾ ਮੁੰਡਾ, ਸਾਰਾ ਕੁਝ ਧਮਾਤਾ ਇਹਦੇ ਗੋਪੀ ਨੇ, ਪਲੇਅਰ ਆਫ ਦਾ ਡੇ ਸਭ ਤੋਂ ਅੱਗੇ ਮੁੰਡਾ ਆਪਾਂ ਦੇਖਾਂਗੇ ਨਜ਼ਰ ਆ ਰਿਹਾ। ਨਵੀਂ ਗੋਪੀਆਂ ਪਾਰੀ ਤੋਂ ਬਾਅਦ ਇੱਧਰ ਹੀ ਆ ਗਈ ਮੁੰਡਿਆਂ, ਆਹ ਕੈਫੇਡ ਆਏ ਨਾ ਸਾਡੇ ਭਰਾਵਾਂ ਵੱਲੋਂ 500 ਆਇਆ ਤੇ ਜ਼ਰੂਰ ਲੈ ਕੇ ਜਾਣਾ ਆਪਾਂ, ਲਓ ਸਾਹਮਣੇ ਜੱਗਾ ਬਾਲ ਪਾਉਣ ਲਈ ਤਿਆਰ ਬਰ ਤਿਆਰ ਹੈ, ਕਿਵੇਂ ਲੱਗੀ ਗੋਪੀ ਦੀ ਬੈਟਿੰਗ ਤਾੜੀ ਜ਼ੋਰ ਨੋ ਬਾਲ, ਗੋਪੀ ਨੇ ਸਿਰਾ ਕਰ ਦਿੱਤਾ ਅੱਜ ਦੇ ਵੀ ਸਾਰਾ ਮੇਲਾ, ਤੂੰ ਲੁੱਟਿਆ ਚਲੋ ਗੱਭਰੂ ਕਿਸੇ ਨੇ ਲੁੱਟ ਲੈਣਾ,
ਸਾਰਾ ਮੇਲਾ ਕਿਉਂ ਲੁੱਟਿਆ 110 ਵੇ ਟੋਟਲ ਲਓ ਸਾਹਮਣੇ ਵੇਖਿਆ ਕਿਧਰੇ ਪਾਸੇ ਬਾਲ ਪਾਉਣ ਦੇ ਖਿਡਾਰੀ ਫੇਰ ਇਸ ਨੇ ਤਿਆਰ ਵਰ ਤਿਆਰ ਹੈ ਸਾਧ ਕਰ ਦਿੱਤਾ ਮੁੰਡਿਆਂ ਨੇ ਸੱਤ ਵਜੇ ਹੋ ਗਿਆ ਹਲੇ ਕਿਸੇ ਨੇ ਸੋਚਿਆ ਨੀ ਸੀ ਵੀ ਏਡਾ ਵੱਡਾ ਸਕੋਰ ਬਣ ਜਾਂਦਾ ਤੁਰਕੀਆਂ ਫੇਰ ਬਾਲ ਹਵਾ ਦੇ ਵਿੱਚ ਹੈ ਪਿੱਛੇ ਫਿਰ ਥਾਲੇ ਕੈਚ ਹੋਇਆ ਜ਼ਰੂਰ ਆ ਪਰ ਹੋਇਆ ਫਰੀਟ ਬਾਲ ਤੇ ਹੈ ਹਾਂ ਦਰਸ਼ਕੋ ਮਯੂਸ ਨਾ ਹੋ ਫਰੀਟ ਬਾਲ ਸੀਗੀ ਗੋਪੀ ਖੜਾ ਹਲੇ ਗੋਪੀ ਖੜਾ ਹਲੇ ਚਾਰ ਬਾਲਾਂ ਹੋਈ ਹੈ ਲਓ ਸਾਹਮਣੇ ਬਾਲ ਪੌੜੀ ਜਗ੍ਹਾ ਫੇਰ ਇਸ ਨੇ ਕਹਿੰਦੇ ਤਿਆਰ ਵਰ ਤਿਆਰ ਆ ਗੋਪੀ ਸਾਹਮਣੇ ਆ ਪੈਂਦੀ ਵਾਰ ਫੇਰ ਬੱਲੇ 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 ਭੱਜ ਤੁਰਿਆ ਮੁੰਡਾ ਬੜੀ ਤੇਜ਼ੀ ਦੇ ਨਾਲ ਉਧਰਲੇ ਪਾਸੇ ਵੇਖਿਆ ਕਿ ਸਾਹਮਣੇ ਇੱਕ ਸਕੋਰ ਦੇ ਵਾਧੇ ਜਿਹੜੇ ਹੋ ਚੁੱਕੇ ਨੇ ਕਿਤੇ ਦੋ ਹੋ ਗਏ ਆ ਇੱਕ ਤੋਂ ਦੋ ਰਨ ਦੇ ਵਾਧੇ ਹੋ ਗਏ ਆ ਸਾਰੇ ਦਿਨ ਤੋਂ ਬਹੁਤ ਤਾੜਾ ਖੇਡਿਆ ਮੁੰਡਾ ਕਾਫੀ ਦੇ ਤਾਰੀਫ਼ ਬੱਲੇਬਾਜ਼ੀ ਲੋਕਾਂ ਦੀਆਂ ਤਾੜੀਆਂ ਨੇ ਦੱਸ ਦਿੱਤਾ ਵੀ ਆਹ ਗੱਭਰੂ ਲੋਕਾਂ ਦੇ ਦਿਲ ਲੱਗ ਗਿਆ ਜਿਹਨੇ ਬੱਲੇ ਬੱਲੇ ਕਰਵਾਈ ਹੈ ਨਾ ਉਹ ਸਾਹਮਣੇ ਬਾਲ ਪਾਉਣੀ ਜਗ੍ਹਾ ਤਿਆਰ ਵਰ ਤਿਆਰ ਦੇ ਸਾਹਮਣੇ ਗੋਪੀ ਵਾਹ ਜੀ ਵਾਹ ਆ ਕੈਦ ਦੇ ਨਾਲ ਗੋਪੀ ਇਧਰਿਆ ਜੀ ਵੀਰੇ ਵਿਕਟ ਦਾ ਬੰਦਨ ਆਊਟ ਹੋ ਕੇ ਗੋਪੀ ਵਾਪਸ ਆ ਸੱਤ ਓਵਰ ਤੋਂ ਬਾਅਦ 114 ਯਾਰ ਜਿਹਨੂੰ ਜਿਹਨੂੰ ਗੋਪੀ ਦੀ ਬੈਟਿੰਗ ਵਧੀਆ ਲੱਗੀ ਕਿਹੜੀ ਜ਼ੋਰਦਾਰ ਤਾੜੀਆਂ 114 ਟੋਟਲ ਨੇ ਤੇ 70 ਰਨ ਕੱਲੇ ਗੋਪੀ ਦੇ ਆ ਬਹੁਤ ਸੋਹਣੀ ਬੱਲੇਬਾਜ਼ੀ ਜਿਉਂਦਾ ਰਹਿ ਵੀਰੇ ਆ ਫੇਰ ਕਿਹੜੇ ਸੱਜੇ ਪਾਸ਼ਾ ਤੇ ਖੇਡਦੇ ਵਾਹ ਜੀ ਵਾਹ 114 ਟੋਟਲ ਤੇ 78 ਕੱਲੇ ਗੋਪੀ ਨੇ ਬਹੁਤ ਸੋਹਣੀ ਬੈਟਿੰਗ ਕਰਕੇ ਗਿਆ ਮੁੰਡਾ ਸ਼ਾਹ ਜੀ ਕੀ ਨਾ ਮੁੰਡੇ ਦਾ ਹੋਣਾ ਹੈ ਬਾਲ ਬੋਲੇ ਜਤਿੰਦਰ ਮੱਗਰ ਨਹੀਂ ਕੱਲਾ ਮੱਗਰ ਹੀ ਹੈ ਗਾਹ ਨਾ ਜੋੜੋ ਹਾਂ ਕਾਲਾ ਬਾਲ ਹਵਾ ਦੇ ਵਿੱਚ ਨੋ ਮੈਨ ਸਲੈਬ ਇੱਕ ਤੋਂ ਦੋ ਜਿਹੜੇ 116 ਬਣ ਗਏ 116 ਤੋਰੜੇ ਬਣ ਗਏ ਬਾਲਾਂ ਪੰਜ ਰਹਿ ਗਈਆਂ ਸਾਹਮਣੇ ਕਾਲਾ ਤਿਆਰ ਬਰ ਤਿਆਰ ਹੈ ਜੀ ਸਾਰੇ ਪਲੇਅਰਾਂ ਦਾ ਕੰਟਰੀਬਿਊਟ ਰਿਹਾ ਜਿਹੜੇ ਬੈਟਿੰਗ ਕਰਕੇ ਗਏ ਹੈ ਸਾਰਿਆਂ ਨੇ ਵਧੀਆ ਬੱਲੇਬਾਜ਼ੀ ਕੀਤੀ ਹੈ ਗੋਪੀ ਨੇ ਬਹੁਤ ਸੋਹਣੀ ਬੈਟਿੰਗ ਕੀਤੀ ਹੈ ਮੇਰੇ ਵੀਰੇ 70 ਰਨ ਬਣਾਏ ਆਪਣੀ ਟੀਮ ਲਈ ਤੇ ਗੋਪੀ ਦਾ ਮਾਨ ਸਨਮਾਨ ਜਿਹੜੀ ਕੋਈ ਖੜ ਜਾਓ ਤੁਸੀਂ ਖੜੋ ਦੋ ਚਾਰ ਜਣੇ ਨਾਲ ਫੋਟੋ ਕਰੋ ਪਾਈ ਦੀ ਯਾਰ ਹਾਂ ਖੜੋ ਜੀ ਖੜੋ ਨਾਲ ਤਾੜੀ ਵਾਲੀ ਗੋਪੀ ਨੂੰ ਜੋੜਦਾ ਰਿਹਾ ਵਾਹ ਜੀ ਵਾਹ ਕਾਲਾ 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 ਫੜਿਆ ਗਿਆ ਬਾਰਡਰ ਜਿੰਦਲੇ ਪਾਸੇ ਵਿਕਟ ਆ ਗਈ ਹੈ ਆ ਤੁਸੀਂ ਜੋਗਲਾ ਬੱਲਿਆ ਕੋਲ ਸਾਹਿਬ ਆ ਗਏ ਹੁਣ ਗੋਪੀ ਦੇ ਕਹਿੰਦੇ ਸਰਾ ਕਰ ਗਿਆ
ਲਓ ਕਈ ਵਾਰ ਫੇਰ ਉਹ ਬੱਲੇ 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 ਵਾਹ ਜੀ ਵਾਹ। ਜਿਹੜਾ ਆਉਂਦਾ ਤਪਿਆ ਹੀ ਆਉਂਦਾ, ਗਰਮੀ ਜ਼ਿਆਦੇ ਹੈ, ਜਿਹੜਾ ਆਉਂਦਾ ਤਪੇ ਹੀ ਆਉਂਦਾ, ਪਤਾ ਨੀ ਠਾਈ ਛੱਡਦੇ ਆ ਬਤੰਦਰ, ਜਿਹੜਾ ਆਉਂਦਾ ਛੱਕੇ ਤੋਂ ਬਿਨਾਂ ਗੱਲ ਹੀ ਨੀ ਕਰਦਾ। 125 ਬਣ ਗਏ ਬਿਨਾਂ ਦਾ, ਹੁਣ 125 ਬਣ ਗਏ। ਲਓ ਸਾਹਮਣੇ ਜਤਿੰਦਰ ਦੀ ਮੱਝਰ ਦੀ ਗਾਲ ਫੇਰ ਵਿਕਟ ਕਿੰਨੀਆਂ ਰਹੀ ਹੈ? ਇੱਕ ਬਾਲ ਬਾਕੀ ਆ ਬੱਲੇ ਗੋਸਾ, 300 ਦਾ ਸਟ੍ਰਾਈਕ ਰੇਟ ਗੋਸਾ ਦਾ, 2 ਬਾਲਾਂ 6 ਰਨ ਕਰਦਾ ਤੈਨੂੰ ਮੈਂ। ਲਓ ਮੱਝਰ ਬਾਲ ਬੋਲ ਲਈ ਤਿਆਰ ਬਰ ਤਿਆਰ ਹੈ, ਤਿਆਰੀ ਕਰ ਲਵੇ ਟੀਮ 11 ਦੀ ਫੀਲਡਿੰਗ ਲਈ। 3 STR ਵਾਲੇ ਮੁੰਡੇ ਬੱਲੇਬਾਜ਼ੀ ਕਰਨਗੇ। ਪਹਿਲੀ ਬਾਲ ਚੌਕੇ ਦੇ ਨਾਲ ਸਮਾਪਤੀ ਹੈ, 130 ਬਣਿਆ ਜੀ, 130 ਦਾ ਟਾਰਗੇਟ ਹੈ। ਪੌਣੇ 22 ਛੱਕੇ ਮਾਰਨੇ ਆ ਢਾਣੀ ਵਾਲਾ, ਪੌਣੇ 22 ਛੱਕੇ, 130 ਦਾ ਟਾਰਗੇਟ ਹੈ ਪੂਰਾ ਪੂਰਾ। ਨਾਲੋ ਫੀਲਡਿੰਗ 11 ਦੇ ਬੈਟਿੰਗ ਕਰੇਗੀ ਟੀਮ 3 STR ਦੀ। ਅੱਧਾ ਘੰਟਾ ਮੈਚ ਲੱਗ ਗਿਆ।
ਕਿਆ ਫੈਨ ਹੈ, ਮੈਂ ਸਪੈਸ਼ਲ ਛੁੱਟੀ ਕਰਕੇ ਕਰਦੀ 130 ਰਨ ਤੇ ਨਸਟੀਆਂ ਦੀ ਟੀਮ ਤੇ ਹਰਪ੍ਰੀਤ ਚਾਨੀ ਬਾਈ ਸਾਡਾ ਬੈਠਾ ਵਿੱਚ ਸਟੇਜ ਦੇ, ਕਿਤੇ ਵੀ 2100 ਦੇ ਕੇ ਬੈਠਾ ਮਾਨ ਸਨਮਾਨ ਕਰਾਂਗੇ 3 STR ਦੇ ਮੁੰਡਿਆਂ ਦਾ। ਜੇਕਰ ਪੂਰ ਕਲੀਅਰ ਕਰਦੇ ਆ ਟੀਮ 3 STR ਦੀ ਰਣ ਚੇਂਜ ਕਰਦੇ ਮੁੰਡੇ ਤੇ ਹਰਪ੍ਰੀਤ ਚਾਨੀ ਆਸਟ੍ਰੇਲੀਆ ਉਹ ਭਰਾ ਵੱਲੋਂ 2100 ਦੇ ਕੇ ਵੱਡਾ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ। ਮੈਂ ਵੀ ਜਲਦੀ ਨਾਲ ਕਰਦੀ ਹੈ ਮੈਂ ਪਲੇ ਵੀਰ ਜੀ ਚਲਾ ਦੋ ਮੈਚ ਮੇਰਾ ਵੀ ਚਲਾਓ ਜੀ ਚਲਾਓ ਮੈਂ ਜਲਦੀ ਨਾਲ 130-48 ਬਾਲਾ ਪੌੜੇ 22 ਛੱਕੇ ਮਾਰਦੇ ਆ। ਤੈਨੂੰ ਦੱਸਿਆ ਤਾ ਯਾਰ, ਹੁਣ 100 ਵਾਰੀ ਦੱਸਾਂ ਤੈਨੂੰ ਮੈਂ, ਦੱਸ ਯਾਰ ਜਲਦੀ ਯਾਰ, ਤੂੰ ਆਪ ਦੱਸ ਦੂਜਾ ਬਣਿਆ ਬੈਠਾ। ਓਕੇ ਮੁੜ ਕੇ ਫੋਨ ਨਾ ਲਾਈ ਮੈਨੂੰ ਅੱਜ ਤੋਂ ਬਾਅਦ। ਉੱਥੇ ਲਾਇਆ ਸੀ ਚੰਗਾ ਭਲਾ ਬਾਹਰ ਕੱਢ ਲਿਆ ਉੱਧਰ ਕਰ ਬਣਤਾ ਇੱਧਰ ਹੀ ਸਾਰਿਆਂ ਨੂੰ ਆਇਆ। ਸ਼ਨੀ 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 ਸ਼
ਲਾਉਦ ਦੇ ਪਾਸੇ ਵੇਖਾਂਗੇ ਪਾਸਾ ਜਿਹਾ ਕਰਦੇ ਜਾਂਦੇ ਮੁੰਡੇ 11 ਪਿੰਡ ਦੇ ਨਾਲ ਹੀ ਇੱਧਰ ਬਹੁਤ ਪਿਆਰੀ ਸ਼ਖਸੀਅਤ ਆ ਬਾਈ ਸਾਡਾ ਹਰਮੀਤ ਗਿੱਲ ਵੀਰਾ ਪਹੁੰਚਿਆ ਹੋਇਆ ਵਿਸ਼ੇਸ਼ ਤੌਰ ਤੇ ਜਿਨ੍ਹਾਂ ਵੱਲੋਂ ਐਜ ਏ ਸਟੇਟ ਬਿਲਡਿੰਗ ਪੁਲਿਸ ਉਹਦਾ ਬਹੁਤ ਵੱਡਾ ਯੋਗਦਾਨ ਆਇਆ ਸੀ ਤਹਿ ਦਿਲੋਂ ਧੰਨਵਾਦ ਕਰਨ ਨੇਕ ਬਾਈ ਦੇ ਜਿਕਰੀ ਤਾੜੀ ਮਾਰ ਦੋ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਆ ਬਾਈ ਹਰਮੀਤ ਗਿੱਲ ਸਾਡੇ ਵਿਸ਼ੇਸ਼ ਤੌਰ ਤੇ ਆਏ ਹੈ ਜਿਨ੍ਹਾਂ ਵੱਲੋਂ 2100 ਦਾ ਬਹੁਤ ਵੱਡਾ ਯੋਗਦਾਨ ਜਿਹੜਾ ਪਹੁੰਚਦਾ ਹੋਇਆ ਹੈ ਇਸ ਖੇਡ ਮੇਲੇ ਲਈ ਬਹੁਤ ਬਹੁਤ ਧੰਨਵਾਦ ਹੈ ਨਾ ਉਹ ਸਾਹਮਣੇ ਵੇਖਿਆ ਗਿਆ ਉਹਦੇ ਪਾਸੇ ਲੋਭ ਵੀ ਇਸ਼ਾਰੇ ਨੇ ਹੋ ਚੁੱਕੇ ਪੈਰ ਸਾਹਿਬ ਦੇ ਨਾਲ ਹੀ ਬਹੁਤ ਇਹਨਾਂ ਰਹੀ ਵੀਰ ਸਾਡੇ ਜਿਨ੍ਹਾਂ ਵੱਲੋਂ ਪਹਿਲਾਂ ਪ੍ਰਾਈਜ਼ ਖੇਡ ਮੇਲਾ ਦਿੱਤਾ ਜਾ ਰਿਹਾ ਹੈ ਬਾਈ ਰਜਿੰਦਰ ਖੋਸਾ USA ਅਮਰਤ ਸਿੱਧੂ USA ਦੇ ਨਾਲ ਬਾਈ ਬਲਜਿੰਦਰ ਖੋਸਾ ਸਾਡੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਕਿਤੇ ਸਾਰੀਆਂ ਟਰਾਫੀਆਂ ਸਪੌਂਸਰ ਹੋਈਆਂ ਬਾਈ ਜਤਨ ਚਾਵਲਾ ਜੀ ਦਾ ਬਹੁਤ ਧੰਨਵਾਦ ਹੈ ਨਾਲ ਕਿਤੇ ਮੈਰਦਾ ਸ੍ਰੀ ਸੋਨੂ ਨਾਥ ਬਾਈ ਸਾਡਾ ਮਲੇਸ਼ੀਆ ਵਾਲਾ ਹੈ ਉਹਨਾਂ ਦੇ ਪੂਰੇ ਪਰਿਵਾਰ ਦਾ ਕਿਤੇ ਬਹੁਤ ਧੰਨਵਾਦ ਹੈ ਤੇ ਨਾਲ ਵੱਡਾ ਸਹਿਯੋਗ ਅਨਿਲ ਕੁਮਾਰ ਜੀ SI ਸਾਹਿਬ ਤੇ ਨਾਲ ਜਸਪ੍ਰੀਤ ਬਰਾੜ ਦਾ ਇੱਕ ਕੰਫਰਟ ਇਨਵੀਟੇਸ਼ਨਸ INFPD ਸੈਂਟਰ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਵੀਰਾਂ ਦਾ ਹੈ ਜਿਨ੍ਹਾਂ ਦੇ ਕਿਤੇ ਕਹਿ ਗੱਲ ਨਹੀਂ ਉਹਨਾਂ ਨੇ ਉਮਰ ਸਾਬਤ ਹੋ ਚੁੱਕਿਆ ਹੈ ਇੱਕ ਓਵਰ ਦੇ ਨਾਲ ਦੋ ਖਿਡਾਰੀ ਉੱਡ ਕੇ ਜਿਹੜੇ ਵਾਪਸ ਚਲੇ ਗਏ ਨਾਲ ਪ੍ਰਬੰਧਕ ਵੀਰੇ ਦਾ ਧੰਨਵਾਦ ਹਰਮੀ ਬਰਾੜ ਸਾਡਾ ਬਾਈ ਨਾਲ ਸੁਨੀਲ ਵੀਰੇ ਨਾਲ ਦੇਵ ਰਜਿੰਦਰ ਔਰ ਸਰਬਾ ਭਰਾ ਸਾਡੇ ਨਾਲ ਅਮਰ ਹੋਣੀ ਨਾਲ ਜਿੰਨੇ ਵੀ ਵੀਰ ਆ ਸਾਡੇ ਸਾਰੇ ਭਰਾਵਾਂ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਨਾਲ ਜਿਹਨਾਂ ਨੇ ਕਹਿੰਦੇ ਰਲ ਮਿਲ ਕੇ ਇੱਕ ਵੱਡਾ ਖੇਡ ਮੇਲਾ ਕਰਵਾਇਆ ਨਾਲ ਸਹਿਯੋਗੀ ਵੀਰਾਂ ਸਾਡੇ ਰਾਜੂ ਬਸੇਰ ਔਰ ਨੱਥੂ ਵੀਰ ਸਾਡੇ ਨਾਲ ਰਾਮ ਕਿਸ਼ਨ ਬਲੋਦ ਨੇ ਭਰਾਵਾਂ ਦਾ ਕਹਿੰਦੇ ਤਹਿ ਦਿਲੋਂ ਧੰਨਵਾਦ ਹੈ ਔਰ ਜਿਹਨਾਂ ਦੇ ਕਹਿੰਦੇ ਬਹੁਤ ਵਧੀਆ ਸਹਿਯੋਗ ਨੇ ਇਸ ਵੱਡੇ ਖੇਡ ਮੇਲੇ ਲਈ ਤਹਿ ਦਿਲੋਂ ਧੰਨਵਾਦ ਨਾ ਉਹ ਸਾਹਮਣੇ 1 ਓਵਰ ਦੇ 9 ਰਨਾਂ 2 ਖਿਡਾਰੀ ਆਊਟ ਹੋ ਗਏ ਹੈ ਬਾਲ ਪਾਉਣ ਦੇ ਲਈ ਬੋਧਰਾਮ
ਇਸ ਸਮੇਂ ਤਿਆਰ ਬਰ ਤਿਆਰ ਹੈ। ਜੀ ਜਾਣ ਲਾਈ ਜਾਂਦੇ ਯਾਰ ਮੁੰਡੇ ਰਣ ਬਹੁਤ ਆ ਰਹੇ ਪਰ ਫਿਰ ਵੀ ਕੋਈ ਢਿੱਲ ਨਹੀਂ ਦੇ ਰਹੇ। ਉਧਰਲੇ ਪਾਸੇ ਜੇ ਗੱਲ ਕਰੀਏ 11 ਦੀ ਟੀਮ ਦੀ ਤੇ ਇੱਕ ਪਰਫੈਕਟ ਟੀਮ ਯਾਰ ਵੇਖਣ ਨੂੰ ਮਿਲੀ ਹੈ। ਕਿਹਾ ਮਾਤਾ ਜੀ ਤੇ ਦਿਨ ਬਣਾਤਾ ਮੁੰਡਿਆਂ ਨੇ, ਕਹਿੰਦੇ ਦਰਸ਼ਕਾਂ ਦਾ ਗੋਪੀ ਹੁਣੀ ਮੇਲਾ ਲੁੱਟ ਗਏ ਆ ਮੁੰਡੇ ਤੇ ਹੁਣ ਵੀ ਵੇਖਾਂਗੇ ਵੀ 130 ਰਣ ਕੋਈ ਥੋੜੇ ਦੇ ਹੁੰਦੇ ਵੀ ਆਸਾਨ ਟਾਰਗੇਟ ਨਹੀਂ ਆਪਾਂ ਕਹਿ ਸਕਦੇ, ਪਰ ਫਿਰ ਵੀ ਯਾਰ ਵੇਖੋ ਕਿੰਨੀ ਜਾਨ ਲਾਈ ਜਾ ਰਹੀ ਹੈ ਫੀਲਡਿੰਗ ਵਿੱਚ। ਨਹੀਂ ਤੇ ਫੀਲਡਰ ਜਿਹੜੇ ਰਿਲੈਕਸ ਹੋ ਕੇ ਖੜ ਜਾਂਦੇ ਨੇ ਕੋਈ ਚੱਕਰ ਨਹੀਂ, ਬਹੁਤ ਇੰਨੇ ਬਣਦੇ ਨੇ ਪਰ ਉਹ ਜਾਣਦੇ ਆ ਇਹ ਕ੍ਰਿਕਟ ਰਹੀ ਹੈ ਕ੍ਰਿਕਟ ਹੈ। ਓਵਰ 8 ਦੇ ਕੋਈ ਪਤਾ ਨਹੀਂ ਕਿੱਥੋਂ ਰੰਗ ਬਦਲ ਜਾਏ। ਇਸਮੈਲ ਸ਼ਾਹ ਜੀ ਖੜਾ ਹਾਲੇ ਨਾ ਸਾਹਮਣੇ ਪਈ ਬਾਲ ਇਧਰਲੇ ਪਾਸੇ ਟਰਾਈ ਕਰਦਾ ਕਿਤੇ ਹਿੱਟ ਕਰਦੇ ਪਰ ਵੇਖਾਂਗੇ ਸਾਹਮਣੇ ਬਾਲ ਚੁੱਟੀ ਰਹੀ ਹੈ। ਉਧਰ ਕੰਫਰਟ ਹੈ ਵੀ ਰਿਸ਼ਨੇ ਭਰਾਵਾਂ ਵੱਲੋਂ ਗੋਪੀ ਦੀ ਬੈਟ ਤੋਂ ਖੁਸ਼ ਹੋ ਗਏ ਵੱਡੇ ਬਾਲ ਕੀਤੇ ਗਏ ਮੇਰੇ ਵੀਰਿਓ ਸਾਹਮਣੇ ਦੇਖਾਂਗੇ ਆਪਾਂ। ਉਧਰਲੇ ਪਾਸੇ ਬਾਲ ਪਾਉਣ ਦੀ ਬੋਧਰਾਮ ਫਿਰ ਤਿਆਰ ਬਰ ਤਿਆਰ ਹੈ। ਸ਼ਾਹ ਜੀ ਲਾਉਣੀ ਪੈਣੀ ਗੱਲ ਟਿਕਾਣੇ, ਐ ਨੀ ਸਰਦਾ ਕੁਝ ਹੋਰ ਪੈਣਾ ਕਰਨਾ ਉਹ ਨੌਜਵਾਨਾਂ ਹੈ ਵੀ ਦੁਨੀਆਂ ਕਿੱਥੇ ਬਣਦੀ, ਲੋਕ ਲਾਉਣੇ ਪੈਂਦੇ ਆ ਜਿਹੜੇ ਭਾਜੀਆਂ ਪਾਉਂਦੇ ਕਰਜੇ ਲਾਉਣੇ ਪੈਂਦੇ ਆ। ਸਾਡੀ ਸੋਚ ਹੈ ਵੱਖਰੀ, ਪਾਰਸ ਸਾਰੇ ਮੰਨਦੇ ਆ ਜੇ ਸਿਰ ਤੋਂ ਪਾਣੀ ਲੰਘੇ ਉਹ ਹੱਥ ਵਿਖਾਉਣੇ ਪੈਂਦੇ ਆ, ਜੇ ਸਿਰ ਤੋਂ ਪਾਣੀ ਲੰਘੇ ਤੇ ਹੱਥ ਵਿਖਾਉਣੇ ਪੈਂਦੇ ਆ। ਸਮਾਂ ਹੈ ਪਾਣੀ ਸਿਰਾਂ ਤੋਂ ਤਬਲਾ ਜਾ ਰਿਹਾ ਹੈ, ਤਿਆਰੀ ਫੜਦਾ ਹੈ ਫਲ ਗਾ ਕੱਲੇ ਕੱਲੇ ਝੁੱਗੇ ਦਾ ਵੇਚ ਲਿਆ ਇਹਨਾਂ ਨੇ ਫੜ ਤਿਆਰੀ ਕਈ ਵਾਰ ਇਧਰਲੇ ਪਾਸੇ ਵੇਖਾਂਗੇ ਆਪਾਂ। ਔਰ ਸਾਹਮਣੇ ਰਣ ਜਿਹੜੇ 4 ਦੇ ਵਾਧੇ ਕਦੇ ਹੋ ਚੁੱਕੇ ਹੈ, ਇਹਨਾਂ 4 ਦੇ ਨਾਲ ਵਾਧਾ ਹੋਇਆ ਸਕੋਰ 21। ਹਲੇ ਤਾਂ ਉਤਲੇ ਵੀ ਨਹੀਂ ਬਣੇ, 109 ਰਹਿੰਦੇ ਹੈ, ਹਲੇ ਤਾਂ 100 ਤੋਂ ਉਤਲੇ ਨਹੀਂ ਬਣੇ। 21 ਰਨ ਹੋਏ ਹੈ, 109 ਹਲੇ ਬਾਕੀ ਹੈ ਜਿੱਤਣ ਦੇ ਲਈ। ਲਓ ਸਾਹਮਣੇ 35 ਰਨ ਫੇਰ, ਹਾ ਬੱਲੇ ਬੱਲੇ ਬੱਲੇ, ਮੁਸ਼ਕਿਲ ਹੈ ਨਾ ਮੁਮਕਿਨ ਨਹੀਂ, ਹਰ ਇੱਕ ਚੀਜ਼ ਪੋਸੀਬਲ ਹੈ ਜਹਾਨ ਤੇ ਦੁਨੀਆਂ ਤੇ, ਹਰ ਇੱਕ ਕੰਮ ਕਾਰਜ ਕੀਤਾ ਜਾ ਸਕਦਾ ਹੈ। 2 ਰਨ ਤੋਂ ਬਾਅਦ ਜਿਹੜੇ 25 ਰਨ ਨੇ ਮੇਰੇ ਵੀਰੋ, ਔਰ 105 ਜਿਹੜੇ ਬਾਕੀ ਹੈ, ਜਨੂਰ ਹੋਣਾ ਚਾਹੀਦਾ ਬੰਦੇ ਚ, ਹਰ ਇੱਕ ਚੀਜ਼ ਪੋਸੀਬਲ ਹੈ। ਦਹਿਸ਼ਤ ਮਾਝੀ ਬਾਰੇ ਸਾਰਿਆਂ ਨੇ ਪੜ੍ਹਿਆ ਹੋਣਾ ਹੈ, ਕਿਤਾਬਾਂ ਜਿਹੜੇ ਉਹਦੇ ਤੇ ਲੇਖ ਲਿਖੇ ਜਾਂਦੇ ਹੈ, ਜਿਹਨੇ ਇੱਕ ਸ਼ੈਲੀ ਇੱਕ ਥੌੜੇ ਨਾਲ ਜਿਹੜੇ ਭਾਰ ਚੀਰ ਕੇ ਨਾ ਰਸਤਾ ਬਣਾਉਂਦਾ ਸੀ ਵਿੱਚ ਦੀ, ਕਈ ਸਾਲ ਲੱਗੇ ਨੂੰ ਆਹ ਕੰਮ ਕਰਨ ਦੇ ਲਈ ਪਰ ਫਿਰ ਵੀ ਉਹਨੂੰ ਕਾਮਯਾਬੀ ਮਿਲੀ ਹੈ। ਉਧਰ ਗੁਰਪ੍ਰੀਤ ਸਿੰਘ ਬਿਜਲੀ ਬੋਰਡ ਨੇ ਪਾਈ ਸਾਡੇ, ਕਹਿੰਦੇ ਵੀ ਗੁਰਵਿੰਦਰ ਧਾਲੀਵਾਲ ਜੇ ਕੈਚ ਕਰਦਾ ਤੇ 500 ਦਿੱਤਾ ਜਾਣਾ,
ਲਗੀ ਧਾਲੀ ਬੜਾ ਵੱਡੇ ਦਾ ਇੱਧਰ ਗੁਰਪ੍ਰੀਤ ਬਾਈ ਹੁਣੀ ਕਰਦੇ ਆ ਤੇਰੇ ਤੇ ਵੀ ਜੇ ਕੈਦ ਕਰਦਾ ਨਾ ਨੌਜਵਾਨ ਤੇ 500 ਦਿੱਤਾ ਜਾਵੇਗਾ ਪਿਆਰ ਇਹਨਾਂ ਖਿਡਾਰੀਆਂ ਦੇ ਨਾਲ ਤੇ ਮਾਨ ਸਨਮਾਨ ਇਹਨਾਂ ਖਿਡਾਰੀਆਂ ਦਾ ਜੇ ਗੁਰਵਿੰਦਰ ਧਾਲੀਵਾਲ ਕੈਦ ਕਰਦਾ ਤੇ 500 ਦੇਣਾ 105 ਰਹੀਆਂ 36 ਬਾਲਾਂ ਦੇ ਵਿੱਚ ਬਾਲ ਪਾਉਣ ਦੇ ਲਈ ਜੱਗੂ ਆ ਗਿਆ ਖੇਡ ਦੇ ਮੈਦਾਨ ਵਿੱਚ ਵੇਖਾਂਗੇ ਸਾਹਮਣੇ ਬਾਲ ਪਾਉਣ ਲਈ ਤਿਆਰ ਬਣ ਤਿਆਰ ਹੈ ਪਰ ਇਧਰਲੇ ਪਾਸੇ ਇਸਮੈਲ ਸ਼ਾਹ ਕਰਦਾ ਹੋਇਆ ਕੋਸ਼ਿਸ਼ ਪਰ ਸਿੰਘ ਨੇ ਵੱਧ ਨੇ ਹੋ ਚੁੱਕੇ ਨੇ ਦੂਜੀ ਤਰਾਈ ਕੀ ਮੁੰਡੇ ਪਰ ਬਣਾ ਕਰ ਦਿੱਤਾ ਕਦੇ ਖੜਕ ਨੇ ਹਲੇ ਵੀ ਬਹੁਤ ਸਾਰੇ ਰਣ ਜਿਹੜੇ ਬਾਕੀ ਆ ਸਵਾ ਕੁ 17 ਛੱਕੇ ਹਲੇ ਹੋਰ ਬਾਲ ਦੇ ਪਹਿਲ ਗਏ ਮੇਰੇ ਵੀਰੋ ਚੱਲਦੇ ਮੈਚ ਨੂੰ ਕਦੇ ਜੇਕਰ ਜਿੱਤਣਾ ਤੇ ਬਾਲ ਪਾਉਣ ਦੇ ਲਈ ਜੱਗੂ ਫੇਰ ਇਸ ਵੇਲੇ ਤਿਆਰ ਬਣ ਤਿਆਰ ਹੈ ਵੀ ਚੀਰ ਦਿੰਦੇ ਆ ਪਹਾੜ ਹੁੰਦਾ ਜਿੰਨਾਂ ਨੂੰ ਜ਼ਰੂਰ ਰਹਿ ਕੇ ਮੰਜ਼ਿਲਾਂ ਤੋਂ ਦੂਰ ਮੈਨੂੰ ਮਿਲਦਾ ਸਕੂਲ ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਇੱਕ ਦੇ ਰੰਤੇ ਵਾਲਾ ਗਿੱਲ ਲਿਖਦਾ ਹੈ ਤੇ ਵਾਰਸ ਭਰਾਵਾਂ ਨੇ ਗਾਇਆ ਮੇਰੇ ਵੀਰੋ ਨਾਲ ਸਾਹਮਣੇ ਵੇਖਾਂਗੇ ਦਲੇ ਪਾਸੇ ਇੱਕ ਹੋਰ ਵਿਕਣਦਾ ਕਦੇ ਪਤਨ ਜਿਹੜਾ ਹੋ ਚੁੱਕਿਆ ਵਾਰਸ ਭਰਾਵਾਂ ਦੇ ਚਰਚ ਹੁੰਦੇ ਵੀ ਮਾਪੇ ਫੁੱਲਾਂ ਬਾਗ ਸੰਭਾਲੋ ਵੀਰ ਰੁਸਣ ਤੇ ਆਪ ਮਨਾ ਲੋ ਭਾਈਆਂ ਵਰਗੀ ਮੌਜ ਕਿਤੇ ਨਾ ਘਰ ਦੀ ਰੌਣਕ ਪੁੱਤਰ ਧੀਆਂ ਨੇ ਇੱਕੋ ਘਰ ਨਹੀਂ ਜੰਮਣਾ ਮੁੜ ਕੇ ਉਹ ਇੱਕ ਟੱਬਰ ਦੀਆਂ ਜੀਆਂ ਨੇ ਇੱਕੋ ਘਰ ਨਹੀਂ ਜੰਮਣਾ ਮੁੜ ਕੇ ਇੱਕ ਟੱਬਰ ਦੀਆਂ ਜੀਆਂ ਨੇ ਬਾਲ ਵੈਰ ਦੇ ਛਾਂਡੇ ਹੋ ਚੁੱਕੇ ਹੈ ਨਾਲ ਸਾਹਮਣੇ ਵੇਖਾਂਗੇ ਬਾਲ ਪਾਉਣ ਦੇ ਲਈ ਫੇਰ ਖਿਡਾਰੀ ਇਸ ਵੇਲੇ ਤਿਆਰ ਬਣ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਜੱਗੂ ਦੀ ਬਾਲ ਹੈ ਉਧਰਲੇ ਪਾਸੇ ਮੁੰਡਾ 3 STR ਪਿੰਡ ਦਾ ਇੱਕ ਜ਼ੋਰਦਾਰ ਹਿੱਟ ਖੇਡਣ ਦੀ ਕੋਸ਼ਿਸ਼ ਕਰਦਾ ਪਰ ਹੌਲੀ ਹੌਲੀ ਹਲਕੇ ਹਲਕੇ ਕਦਮਾਂ ਨਾਲ ਮੈਚ ਤੇ ਹਾਵੀ ਹੁੰਦੀ ਜਾਂਦੀ ਹੈ ਟੀਮ ਕਦੇ 11 ਦੀ ਉਧਰ ਕਹਿੰਦੇ ਆ ਮੁੰਡੇ ਵੀ ਵੱਡੇ ਮਾਨ ਹੋਣਗੇ ਜੇ ਜਿੱਤ ਗਏ ਤੇ ਪਰ ਉਧਰਲੇ ਪਾਸੇ ਸਾਹਮਣੇ ਪਹਿਲੀ ਵਾਰ ਫੇਰ ਵਾਹ ਜੀ ਬਲਾਕ ਹਾਲ ਦੇ ਵਿੱਚ ਵਾਹ ਉਹ ਜੱਗੂ ਨਹੀਂ ਉਹ ਰੀਸਾ ਸੋਹਣਿਆ ਇੱਕ ਹੋਰ ਖਿਡਾਰੀ ਆਊਟ ਹੋ ਕੇ ਕਿਤੇ ਵਾਪਸ ਚਲਾ ਗਿਆ ਆਓ ਜੀ ਉਹਨਾਂ ਵੱਲੇ ਬਾਅਦ ਜਲਦੀ ਨਾ ਲਾਓ ਦਲੇ ਪਾਸੇ ਸਾਹਮਣੇ ਫੇਰ ਵੇਖਾਂਗੇ ਆਪਾਂ ਵਰਮਾ ਡੀ ਕੇ ਸਾਊਂਡ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬੜੀ ਪਿਆਰੀ ਆਵਾਜ਼ ਜਿਹੜੀ ਦਿੰਦੀ ਆ ਤੇ ਰਾਮ ਕਿਸ਼ਨ ਕਹਿੰਦੇ ਮੇਨ ਆਪਰੇਟਰ ਹੈ ਬਹੁਤ ਧੰਨਵਾਦ ਕਰਦੇ ਆ ਬੱਲੇ 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 ਧਾਲੀ ਵਾਲਾ ਕੈਦ 500 ਦਾ ਉਹ ਤੇਰੇ ਕਰਕੇ ਆਏ ਆ ਇਧਰਲੇ ਪਾਸੇ ਭਾਈ ਗੁਰਪ੍ਰੀਤ ਹੁਣੇ ਤੇਰੇ ਕਰਕੇ ਆਏ ਆ ਵੀ ਆਹ ਮੁੰਡੇ ਦੀ ਖੇਡ ਵੇਖਣੀ ਹੈ ਆਪਾਂ ਨਾਲ ਸਾਹਮਣੇ ਵੇਖਾਂਗੇ ਆਪਾਂ ਇੱਕ ਰਹਿਣੀ ਗਈ ਬੋਲ ਬੱਤੀ ਰਣਾਂ ਜੀ ਚਾਰ ਓਵਰਾਂ ਤੋਂ ਬਾਅਦ 3 ਓਵਰਾਂ ਤੋਂ ਬਾਅਦ ਰਹਿੰਦੀਆਂ 30 ਬਾਲਾਂ ਦੇ 98 ਰਹਿ ਗਏ ਆ
30 ਬਾਲਾਂ 98 30 ਬਾਲਾਂ 98 ਹੋਰ ਬਾਕੀ ਹੈ ਬਾਲ ਪਾਉਣ ਦੇ ਲਈ ਇਧਰਲੇ ਪਾਸੇ ਆ ਗਿਆ ਕਾਲਾ ਮੁੰਡਾ ਮਾਨਾ ਦਾ ਉਹ ਆ ਗਿਆ ਕਾਲਾ ਮੁੰਡਾ ਮਾਨਾ ਦਾ ਲਓ ਸਾਹਮਣੇ ਵੇਖਾਂਗੇ ਬਾਲ ਪਾਉਣ ਦੇ ਲਈ ਸਾਡੇ ਕਾਲਾ ਕਹਿੰਦੇ ਤਿਆਰ ਬਰ ਤਿਆਰ ਹੈ ਉਧਰ ਮਨਵੀਰ ਆ ਸਾਹਮਣੇ ਪਹਿਲੀ ਬਾਲ ਤੇ ਪਹਿਲੀ ਬਾਲ ਵਾਈਡ ਦੇ ਸ਼ਰਡੇ ਹੋ ਚੁੱਕੇ ਨੇ ਬਾਲ ਜਿਹੜੀ ਵਾਈਡਾਂ ਦੁਆਰੇ ਕਰਨੀ ਪੈਣੀ ਹੈ ਸਾਹਮਣੇ ਵੇਖਾਂਗੇ ਹੁਣ 33 ਬਣ ਗਏ ਤੇ 97 ਸਕੋਰ ਨੇ ਬਾਕੀ ਚੱਲਦੇ ਮੈਚ ਜਿੱਤਣ ਦੇ ਨੇ ਕਾਲਾ ਮਾਣ ਵਾਲਾ ਪਾਉਂਦਾ ਪਹਿਲੀ ਵਾਰ ਸਾਹਮਣੇ ਫੇਰ ਉਹ ਬੱਲੇ 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 ਉਹ ਨਹੀਂ ਹੋ ਰਹੀ ਸਾ ਇੱਥੇ ਮਾਣ ਜਿਹਨੂੰ ਜਾਣਦਾ ਕੁੱਲ ਜਹਾਨ ਵੀ ਕਹਿਣ ਨੂੰ ਤੇ ਸਾਰਾ ਹੀ ਜਹਾਨ ਫਿੱਟਾ ਉਹਦੀ ਗੱਲ ਹੋਰ ਜਿਹੜਾ ਮਾਣ ਫਿੱਟਾ ਮੈਂ ਸਾਹਮਣੇ ਵੇਖਾਂਗੇ ਕਰ ਗਿਆ ਕਮਾਲ ਮੁੰਡਾ ਵਿਕਟ ਦਾ ਪੱਧਰ ਸ਼ਾਹ ਜੀ ਦੂਜੇ ਪਾਸੇ ਖੜਾ ਝਾਕੀ ਜਾਂਦਾ ਹੈ ਇੱਕ ਰੋ ਇੱਕ ਨੀ ਮੂਹਰ ਯਾਦ ਤੇ ਰੱਖਣ ਲੋਕ ਨੂੰ ਕੋਈ ਆਇਆ ਸੀ ਦਾ ਸਰਕਾਰੀ ਚੋ ਜਿੱਤ ਹਾਰ ਤੇ ਹੋਣੀ ਹੋਣੀ ਹੈ ਯਾਦ ਰੱਖਣ ਲੋਕ ਵੀ ਸ਼ਾਹ ਜੀ ਆਇਆ ਸੀ ਦਾ ਸਰਕਾਰੀ ਚੋ ਲਓ ਸਾਹਮਣੇ ਪੈਂਦੀ ਹੋਈ ਬਾਲ ਇਹ ਲੋਕੀ ਉਹ 500 ਬਾਈ ਗੁਰਪ੍ਰੀਤ ਹੁਣਾ ਵੱਲੋਂ 500 ਦਾ ਕੈਚ ਕਰਿਆ ਕਿਤੇ ਆ ਗੁਰਵਿੰਦਰ ਕਹਿੰਦੇ ਧਾਰੀ ਸਾਲ ਦੇ ਮੇਰੇ ਵੀਰੇ ਨਾਲ ਦੀ ਨਾਲ ਹੀ ਕਿਆ ਬਾਤ ਤਾੜੀ ਮਾਰ ਦੋ ਜ਼ੋਰਦਾਰ ਯਾਰ ਨਹੀਂ ਹੋ ਰਹੀ ਸਾਂ ਬਿਜਲੀ ਬੋਰਡ ਹੋਏ ਆਏ ਅੰਦਰਲੇ ਪਾਸੇ ਨਾਲ ਦੀ ਨਾਲ ਹੀ ਇੱਦਾਂ 500 ਧਾਰੀ ਵਾਲਾਂ ਦਾ ਮੁੰਡਾ ਕਮਾਲਾ ਕਰ ਗਿਆ ਵੀ ਸੁਰਖ ਬੁੱਲਾਂ ਦੇ ਵਿੱਚ ਮੈਂ ਸੁਣਿਆ ਧਾਰੀ ਵਾਲ ਰਹਾ ਕਰਦੀ ਸਾਉ ਤੇਰੀ ਛੱਡੀ ਝੱਲ ਦਿੰਦਾ ਕਿਹੜਾ ਰੱਖ ਲਈ ਪਿਆਰ ਨਾਲ ਜਿਵੇਂ ਮਰਜ਼ੀ ਬਹੁਤ ਸੋਹਣਾ ਕੈਦ ਤੇ 500 ਦਿੱਤਾ ਗਿਆ ਇੱਕ ਸਿੰਗਲ ਜੁੜ ਗਿਆ ਅੰਦਰਲੇ ਪਾਸੇ ਸ਼ਾਹ ਜੀ ਸਾਹਮਣੇ ਕਰ ਲਈ ਪਿਆਰ ਵਰ ਪਿਆਰਾ ਖੇਡਦੇ ਮੈਦਾਨ ਦੇ ਜਿਗ ਤੇ ਕਾਲਾ ਕਿਤੇ ਬਾਲ ਪਾਉਂਦੇ ਨੇ ਅੱਗੇ ਦਾ ਵਾਧਾ ਹੋਇਆ ਮੇਰੇ ਵੀਰੇ ਹਾਂ ਉਧਰ ਕਾਲੇ ਦੇ ਵੀ ਵੱਡੇ ਬਾਲ ਹੋ ਰਹੇ ਆ ਪਰ ਉਹ ਦੱਸ ਨਹੀਂ ਸਕਦੇ ਤੇ ਬੌਂਦਰ ਦੇ ਕਹਿ ਰਹੇ ਆ ਜੀ ਉਹ ਜਿਹੜੀਆਂ ਗੱਲਾਂ ਗੁਰਪ੍ਰੀਤ ਨੇ ਕਰੀ ਜਾਂਦੇ ਉਹ ਮੈਨੂੰ ਸੁਣਦੀਆਂ ਉਹ ਥੋੜ੍ਹੀ ਸੁਣਦੀਆਂ ਉਹ ਆਂਦੇ ਵੀ ਕਹਿੰਦਾ ਵੱਡੇ ਬਾਣ ਕਰਾਂਗੇ ਆਥਣੇ ਜੇ ਇੱਕ ਹੋਰ ਤੋਰ ਦੇ ਆਥਣ ਹੋ ਗਿਆ ਚੰਨ ਬੱਦਲਾਂ ਚ ਖੋ ਗਿਆ ਏ ਹਾਂ ਟਾਈਮ ਆਥਣ ਦਾ ਹੋ ਗਿਆ ਪਰ ਮਾਰ ਤੇ ਕਹਿੰਦਾ ਨਾ ਖੰਡ ਵਾਲਾ ਵੀ ਟਾਈਮ ਸਿੱਖਦਾ ਹੋ ਗਿਆ ਏ ਪਈਵਾਨ ਬੱਲੇ 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 ਮੈਂ ਦੱਸਿਆ ਵੀ ਜਿੱਤ ਹਾਰ ਤੇ ਹੋਣੀ ਹੈ ਸ਼ਾਹ ਜੀ ਲੋਕ ਯਾਦ ਰੱਖਣ ਵੀ ਕੋਈ ਮੁੰਡਾ ਆਇਆ ਸੀ ਦਸ ਸਰਕਾਰੀ ਤੋਂ ਚੱਲ ਕੇ ਉਹ ਯਾਦ ਰੱਖਣ ਲੋਕ ਹਲੇ ਪਏ ਆ ਚਾਰ ਓਵਰ ਤੋਂ ਬਾਅਦ ਹੋਰ ਤੇ ਸਾਹਮਣੇ ਕਾਲਾ ਬਹਿ ਗਿਆ ਪੈਰਾ ਭਰ ਹੋ ਕੇ ਵੀ ਹੁਣ ਕੀਤਾ ਦੇ ਕੀਤਾ ਕੀ ਜਾਵੇ ਬਾਲ ਪਾਉਂਦਰੀ ਫੇਰ ਕਾਲਾ ਉਸਨੇ ਪਿਆਰ ਵਰ ਪਿਆਰ ਹੈ ਪਈ ਵਾਰ ਉਹ ਬੱਲੇ 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 ਮਾਨ 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 ਕਿਆ ਬਾਤ ਹੈ ਨਹੀਂ ਹੋਈ ਸਿਰਾ ਕਰ ਗਿਆ ਮੁੰਡਾ ਸਿਰਾ ਕਰ ਗਿਆ ਮੁੰਡਾ ਕਾਲੇ ਨੇ ਕਹਿੰਦੇ ਸਿਰਾ ਕਰ ਦਿੱਤਾ ਮੇਰੇ ਵੀਰੇ ਬੜੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੋਨੇ ਪਾਸੇ ਸ਼ਾਹ ਜੀ ਮੁੜ ਗਿਆ ਸਰਦਾਰ ਜੀ ਆ ਗਿਆ ਸਾਹਮਣੇ ਵਾਈਡ ਬਾਲ
ਲਓ ਪਈ ਬਲ ਫੇਰ ਹਾਂ ਇਹ ਇੱਕ ਹੋਰ ਇੱਥੇ 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 ਕਹਿੰਦਾ 500 ਹੋਰ ਲਿਆਓ ਨਹੀਂ ਹੋਰ ਹਿੱਸਾ 500 ਫੇਰ ਹਾਂ ਪੁੱਤ ਢਾਲੀ ਵਾਲਾ ਦਾ ਵਿਗੜ ਗਿਆ ਏ ਕੱਲਾ ਨਿਤ ਜਾ ਕੇ ਵੀ ਰਸੌਲੀ ਪਿੰਡ ਵੜਦਾ ਹੱਡਾਂ ਵਿੱਚ ਬਹਿ ਗਿਆ ਜੱਟ ਦੇ ਬਿੰਦੂ ਅਨਕੋਲ ਚੰਡੀਗੜ੍ਹ ਦਾ ਲਓ ਢਾਲੀ ਇੱਕ ਹੋਰ ਕੈਦ ਕਰ ਗਿਆ ਸਾਹਮਣੇ ਵੇਖਿਆ ਗਿਆ ਆਪਾਂ ਇੱਕ ਹਜ਼ਾਰ ਦਿੱਤਾ ਗਿਆ ਬਾਈ ਗੁਰਪ੍ਰੀਤ ਹੋਣਾ ਵੱਲੋਂ ਓਵਰ ਵੀ ਸਮਾਪਤ ਹੈ ਕਾਲੇ ਦਾ 82 ਹੈਗੇ ਬਾਕੀ ਜਿੱਤਣ ਦੇ ਲਈ 24 ਬਾਲ 88 ਰਹਿ ਗਏ ਅੱਠ ਮਿੰਟਾਂ ਆਊਟ ਚੁੱਕੀਆਂ ਦੋ ਜੀ ਆਊਟ ਦੋ ਕਰਨੇ ਆ ਖੇਡਣਗੇ ਤਿੰਨ ਆਊਟ ਦੋ ਕਰਨੇ ਆ ਲਓ ਪਹਿਲੀ ਵਾਰ ਫੇਰ ਹਾਂ ਪਾਸ ਵੀ ਬੋਧਰਮ ਸਿੱਧਾ ਹੀ ਹੋ ਜਾ ਹੁਣ ਤਾਂ ਸਿੱਧੇ ਹੀ ਸਿੱਧੇ ਵਿਕਟਾਂ ਨੂੰ ਹੋ ਜਾ ਸਿੱਧਾ ਹੁਣ ਤੇ ਮਾਰ ਪੈਰਾਂ ਚ ਸਿੱਧਾ ਹੀ ਹੋ ਜਾ ਹੁਣ ਤੇ ਆਸੇ ਪਾਸੇ ਜਾਇਆ ਕੀ ਕਰ ਰਿਹਾ ਹੁਣ ਤੇ ਸਿੱਧਾ ਹੀ ਹੋ ਜਾ ਵਿਕਟਾਂ ਨੂੰ ਲਓ ਸਾਹਮਣੇ ਵੇਖਾਂਗੇ ਦਲੇ ਪਾਸੇ ਪੈਂਦੀ ਵਾਲ ਹਾਂ ਇੱਥੇ ਵੀ ਮਿਸ ਹੋਈ ਤੇ ਨਾਲ ਦੀ ਨਾਲ ਕੰਮ ਹੋਇਆ ਸਾਵਧਾਨੀ ਹੱਡੀ ਦੁਰਘਟਨਾ ਘਟੀ ਲਓ ਸਾਹਮਣੇ ਵੇਖਾਂਗੇ ਆਪਾਂ ਹੁਣ ਰਹਿੰਦੀਆਂ 23 ਬਾਲਾਂ ਤੇ 87 ਹੈਗੇ ਮੇਰੇ ਵੀਰੇ ਹੋ ਗਏ 43 ਹੋ ਗਏ ਪਹਿਲੀ ਵਾਰ ਸਾਹਮਣੇ ਫੇਰ ਸਾਹਮਣੇ ਸਿੰਗਲ ਦਾ ਭਜਲਾ ਡਾਟ ਬਾਲ 22 ਬਾਲਾਂ 87 ਜਿਹੜੇ ਬਾਕੀ ਨੇ ਬਾਈ ਬਾਲਾਂ 87 ਪਹਿਲੀ ਵਾਰ ਫੇਰ ਪਿੱਛੇ ਫੇਰ ਢਾਲੀ ਵਾਲ ਕਰ ਗਿਆ ਕਿਆ ਬਾਤ ਹੈ ਜ਼ੋਰਦਾਰ ਤਾੜੀਆਂ ਯਾਰ ਇਹ ਤਾਂ ਅੱਜ ਹੀ ਜਿੱਤ ਗਿਆ ਫਾਈਨਲ ਹਾਏ ਹੋ ਬੇਗਾਰ ਖੋਲੋ 500 ਪੁੱਠਾ ਹਾਂ ਇਹ ਵੀ ਠੀਕ ਹੈ ਯਾਰ ਕੈਦ ਤਾਂ ਕਰਿਆ ਹੀ ਹੈ ਕੈਦ ਤਾਂ ਕਰਿਆ ਗੱਲ ਕੈਦ ਵੀ ਹੈ ਹਾਂ ਢਾਲੀ ਵਾਰ ਦੇ ਜਿੱਤ ਗਿਆ ਅੱਜ ਹੀ ਟੂਰਨਾਮੈਂਟ ਲਓ ਸਾਹਮਣੇ ਪਈ ਵਾਰ ਫੇਰ ਇੱਕ ਹੋਰ ਹਾਂ ਮੁੰਡਾ ਵੀ ਤੇਜ਼ ਹੈ ਮੈਨੂੰ ਆਪਣੇ ਪਿੰਡ ਦਾ ਲੱਗਦਾ ਬਹੁਤ ਸੋਹਣਾ ਕੈਚ ਦੁਬਾਰੇ ਤੈਨੂੰ ਲੋ ਹੋ ਗਈ ਫਰੀ ਹੈਗੀ ਸੀਗੀ ਜੱਗਾ ਸਾਹਮਣੇ ਕਰਨ ਲਈ ਤਿਆਰ ਬਣ ਤਿਆਰ ਹੈ ਪੈਂਦੀ ਬਾਲ ਹੋ ਗਿਆ ਕੰਮ ਹੁਣ ਇੱਕ ਮਿੰਟ ਰਹਿ ਗਈ ਆਓ ਜੀ ਅਗਲਾ ਬੰਦੇ ਪਾ ਆ ਵੀ ਆ ਮੱਗਰ ਮੱਗਰ ਆ ਗਿਆ ਮੱਗਰ ਨੌ ਖਿਡਾਰੀ ਆਊਟ ਹੋ ਗਏ ਲਾਸਟ ਵਿਕਟ ਹੈ ਜੀ ਪਤਾ ਹੀ ਹੈ ਟੀਮ ਹੁਣ ਲੋਕਾਂ ਨੂੰ ਹਾਂਜੀ ਹਾਂ ਕਈ ਮਗਰ ਮਸ਼ਹੂਰ ਹੋਏ ਆ ਮਗਰ ਪਿਛਲੇ ਚਲਾ ਗਿਆ ਦੁਨੀਆ ਤੋਂ ਅੱਜ ਵਿਆਹ ਪੈਂਦੇ ਜੀ ਆਹ ਮੁੰਡਾ ਮਗਰ ਕਿਤੇ 3 STR ਪਿੰਡ ਦਾ ਸਾਹਮਣੇ ਕਰਨ ਲਈ ਤਿਆਰ ਬਰ ਤਿਆਰ ਹੈ ਇੱਥੇ ਰੱਖ ਚਾਰ
ਚਾਰ ਜੁੜ ਗਏ, ਚਾਰ ਆਖਰੀ ਕੁਝ ਪਲ ਅੱਜ ਦੇ ਦਿਨ ਦੇ। ਆਓ ਮਗਰ ਕੀ ਕਰਦਾ ਭੱਜਣ ਨੂੰ ਫਿਰਦਾ ਪਰ ਚੌਂਕਾ ਲੱਗ ਗਿਆ। ਬਹੁਤ ਬਹੁਤ ਧੰਨਵਾਦ ਜੀ, ਇਹ ਮੁੰਡੇ ਵੀ ਮੇਲਾ ਬਣਾ ਗਿਆ ਆਪਣੇ ਜੀ ਆ ਕੇ। ਹੱਸਣਾ ਖੇਡਣਾ ਮਣ ਕਾ ਜਾਉ ਲਿਖਿਆ ਵਿੱਚ ਗੁਰਬਾਣੀ। ਹੜ ਧਾੜੀ ਪੂਰਾ ਕਿਸੇ ਨੇ ਕਰੇਗਾ ਕੁਛ ਨਾ ਕੁਛ ਜਾਂ ਕਰਾਏਗਾ ਕੁਛ ਨਾ ਕੁਛ। ਰਣਸ਼ੀ ਗੋਪੀ ਬਾਲਾ ਪਾ ਰਿਹਾ ਹੈ ਪਲੇਅਰ ਆਫ ਦਾ ਡੇ। ਤੇ ਪਤਾ ਹੀ ਹੈ ਹੁਣ ਤੇ ਲੋਕਾਂ ਨੂੰ ਵੀ ਦੱਸਣ ਦੀ ਲੋੜ ਨਹੀਂ, ਕੁਝ ਵੇਖਣ ਦੀ ਲੋੜ ਨਹੀਂ। ਵਾਹ ਜੀ ਵਾਹ, ਬੱਲੇ 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 ਬੱਲੇ। ਹਾਂ ਕਹਿੰਦਾ ਉਹਦੇ ਤਿੰਨ ਐਸਟੀਆਰ ਵਾਲਾ, ਉਹ ਵੀ ਇਹਨੇ ਕੋਈ ਨੀ ਸੁੱਕਾ ਲੰਘਣ ਦਿੱਤਾ, ਸੁੱਕਾ ਇਹ ਵੀ ਨੀ ਆਉਂਦਾ, ਦੋ ਵੱਜ ਗਏ ਆ। ਉਹ ਵੀ ਕਹਿੰਦਾ ਮੁੰਡਾ ਵੀ ਨਰਕ ਸਵਰਗ ਇੱਥੇ ਹੈ, ਲੈਣੇ ਦੇਣੇ ਇੱਥੇ ਆ ਸਾਰੇ। ਕਹਿੰਦਾ ਸੁੱਕਾ ਗੋਪੀ ਵੀ ਨੀ ਆਉਂਦਾ ਸਾਹਮਣੇ ਪਹਿਲੀ ਵਾਰ ਫੇਰ। ਬੱਲੇ 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 ਉਹ ਬੱਲੇ ਬੋੜੀ ਆਉਂਦਾ ਭਾਜੀਆਂ ਮੁੰਡਾ, ਬੋੜੀ ਆਉਂਦਾ ਭਾਜੀ ਉਹਦੇ ਪਾਸੇ ਦੇਖਾਂਗੇ। ਨਾ ਨਾ ਇਹ ਨੀ ਪਾਸੇ ਹੁੰਦਾ। ਇੱਕ ਵਾਰੀ ਫੇਰ ਆ ਮੁੰਡੇ ਲਈ ਤਾੜੀਆਂ ਮਾਰੋ ਜ਼ੋਰਦਾਰ ਯਾਰ। ਜਿੱਤ ਹਾਰ ਦਾ ਜੋ ਮਰਜ਼ੀ ਡਿਸੀਜਨ ਹੋਵੇ ਪਰ ਇਹ ਤਾਂ ਅੱਜ ਵਧੀਆ ਹੈ, ਪੂਰਾ ਤਸੱਲੀ ਨਾਲ ਸੌਂਗਾ ਜਾ ਕੇ। ਤੇ ਬਾਕੀ ਆ ਇੰਸਟਾਗ੍ਰਾਮ ਵਾਲੀਆਂ ਰੀਲਾਂ ਵਾਲਾ ਕੰਮ ਵੀ ਬਣ ਗਿਆ, ਦੋ ਦਿਨ ਰੀਲਾਂ ਵੀ ਪੈ ਜਾਣੀਆਂ। ਲਓ ਗੋਪੀ ਬਾਲ ਪਾਉਣ ਲਈ ਫੇਰ ਇਸ ਸਮੇਂ ਤਿਆਰ ਫਰ ਤਿਆਰ ਹੈ। ਇਧਰਲੇ ਪਾਸੇ ਫਿਰ ਮੁੰਡਾ ਤਿੰਨ ਐਸਟੀਆਰ ਪਿੰਡ ਦਾ ਵਾਈਡ ਬਾਲ, ਇਹਦਾ ਨਾਂ ਕੀ ਹੈ ਬਾਈ ਦਾ ਬੈਟਿੰਗ ਕਰੀ ਜਾਂਦਾ ਸ਼ਾਮ? ਹਾਂ ਸ਼ਾਮ ਹੀ ਹੋ ਗਈ, ਆ ਸ਼ਾਮ ਹੈ। ਲਓ ਗੋਪੀ ਦੀ ਵਾਰ ਫੇਰ ਇਧਰਲੇ ਪਾਸੇ ਇੱਕ ਵਾਰੀ ਫੇਰ, ਪਰ ਆ ਬਾਹਰ ਜਾਣੀ ਮੈਨੂੰ ਮੁਸ਼ਕਿਲ ਲੱਗਦੀ ਹੈ। ਆ ਕੈਚ ਦਾ ਮੈਚ ਸਮਾਪਾ, ਜਿੱਤ ਗਈ ਟੀਮ ਚੌਦੇ ਮੈਚ ਦੇ ਚੋ 11 ਇਹ ਵੀ ਪੂਰਨ ਕਲੀਅਰ ਕਰ ਗਏ। ਤਾੜੀ ਮਾਰੇ ਕਰੀ ਮੁੰਡਿਆਂ ਲਈ ਜ਼ੋਰਦਾਰ ਆ, ਬਹੁਤ ਤੁਹਾਡੀ ਮੁਬਾਰਕਬਾਦ ਦਾ ਬਹੁਤ ਬਹੁਤ ਧੰਨਵਾਦ ਇਸ ਮੈਨ ਸ਼ਾਹ ਦੇ ਨਾਲ, ਧੰਨਵਾਦ ਤਿੰਨ ਐਸਟੀਆਰ ਦੀ ਸਾਰੀ ਟੀਮ ਦਾ। ਪਲੇਅਰ ਆਫ ਦਾ ਡੇ ਗੋਪੀ।